ਕਾਰਨਾਂ ਕਰਕੇ ਸਾਧਨ ਦਾ ਪ੍ਰਬੰਧ ਨਹੀਂ ਹੋ ਪਾਇਆ ਅਤੇ ਇਸ ਕਰਕੇ ਸੋ ਦੈਟ ਸਟਾਰਟ ਇਨ ਦੀ ਸ਼ਬਦ ਐਂਡ ਵਿੱਚ ਆ ਡਾਇਰੈਕਟਲੀ ਸਿੰਗਿੰਗ ਕਰਨ ਦਾ ਤਾਂ ਨਹੀਂ ਬਣ ਪਾਏਗਾ ਅਤੇ ਵੀਰ ਜੀ ਮੇਰੇ ਖਿਆਲ ਐਵੇਂ ਗਾ ਦੇਣਗੇ ਜ਼ੁਬਾਨੀ ਬਿਨਾਂ ਸਾਜ਼ਾਂ ਤੋਂ ਅਤੇ ਆਪ ਜੀ ਨਾਲ ਸਾਂਝ ਕਰ ਸਕਦੇ ਹੋ ਕਿਉਂਕਿ ਹੋਏਗਾ ਤਾਂ ਸ਼ਬਦ ਆਪ ਜੀ ਦੇ ਫੋਨਾਂ ਦੇ ਵਿੱਚ ਅਵੇਲੇਬਲ ਹੈ ਯੂ ਕੈਨ ਸਰਚ ਇਟ ਆਊਟ ਅਤੇ ਉਸ ਤੋਂ ਬਾਅਦ ਫਿਰ ਵਿਚਾਰ ਹੋਏਗੀ 15-20 ਮਿੰਟ ਮੇਕਰ ਵੀਰ ਜੀ ਵਿਚਾਰ ਸਾਂਝੇ ਕਰਨਗੇ ਉਸ ਤੋਂ ਬਾਅਦ ਬੇਸ ਔਨ ਡੈਟ ਵਿਚਾਰ ਜਾਂ ਕੋਈ ਪਰਸਨਲ ਲੈਵਲ 'ਤੇ ਕੋਈ ਵੀ ਤੁਹਾਨੂੰ ਕੋਈ ਲੱਗਦਾ ਹੈ ਕਿ ਸਵਾਲ ਪੁੱਛਣਾ ਚਾਹੁੰਦੇ ਹੋ ਜਾਂ ਕੋਈ ਪਾਣੀ ਦਾ ਰਿਲੇਟਿਡ ਜਾਂ ਅਦਰਵਾਈਜ਼ ਜੋ ਵੀ ਤੁਸੀਂ ਕੋਈ ਪ੍ਰੋਬਲਮ ਫੇਸ ਕਰ ਰਹੇ ਹੋ ਆਪਣੀ ਲਾਈਫ 'ਚ ਤਾਂ ਇਹ ਸਵਾਲ ਜਿਹੜਾ ਹੁੰਦਾ ਇਹਦੇ ਵਿੱਚ ਡੋਂਟ ਫੀਲ ਕਲੋਜ਼ਲੀ ਲੈਟ ਇਟ ਬੀ ਓਪਨ ਕਿਉਂਕਿ ਇਹ ਸਵਾਲ ਸਵਾਲ ਨਹੀਂ ਹੁੰਦਾ ਕਿਉਂਕਿ ਹੋ ਸਕਦਾ ਅਗਰ ਆਪ ਜੀ ਕੋਈ ਸਾਂਝ ਕਰ ਰਹੇ ਤੁਹਾਨੂੰ ਨਾਮ ਦੇ ਦਿਓ ਸਾਂਝ ਯੂ ਆਰ ਜਸਟ ਸ਼ੇਅਰਿੰਗ ਠੀਕ ਹੈ ਨਾ ਕਿਉਂਕਿ ਹੋ ਸਕਦਾ ਕਿ ਤੁਸੀਂ ਜੋ ਸਾਂਝ ਕਰ ਰਹੇ ਹੋ ਹੋਰ ਕਿਸੇ ਹੋਰ ਦਾ ਵੀ ਸਵਾਲ ਹੋ ਸਕਦਾ ਤਾਂ ਉਹਦੇ ਵਿੱਚੋਂ ਸਵਾਲ ਦੇ ਵਿੱਚੋਂ ਜਿਹੜਾ ਵੀਰ ਜੀ ਵੱਲੋਂ ਕੁਝ ਵੀ ਗੁਰਬਾਣੀ ਬੇਸਡ ਕੁਝ ਵੀ ਅਗਰ ਉਹ ਦੇਣਗੇ ਆਂਸਰ ਜਾਂ ਕੋਈ ਸ਼ਬਦ ਦੱਸਣਗੇ ਤਾਂ ਉਸ ਸ਼ਬਦ ਦੇ ਬੇਸ 'ਤੇ ਸਾਡੀ ਜਿਹੜੀ ਜੀਵਨ ਜਾਂਚ ਹੋਏਗੀ ਉਹ ਸਾਰਿਆਂ ਦੀ ਸਾਂਝੀ ਹੁੰਦੀ ਹੈ ਸੋ ਆਓ ਲਾਹਾ ਲਈਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਰਲ ਕੇ ਇੱਕ ਸ਼ਲੋਕ ਗਾਇਨ ਕਰਦੇ ਹਾਂ ਤੁਸੀਂ ਸਾਰੇ ਮੇਰੇ ਨਾਲ ਸੁਣ ਕੇ ਉਸਨੂੰ ਰਿਪੀਟ ਕਰ ਸਕਦੇ ਹੋ ਬਿਨਾਂ ਸਾਜ਼ ਤੋਂ ਮੈਂ ਠੀਕ ਨਹੀਂ ਗਾ ਪਾਵਾਂਗਾ ਤਾਂ ਵੀ ਤੁਸੀਂ ਮੇਰਾ ਸਾਥ ਦਿਓ ਥੈਂਕ ਯੂ ਜੀ ਸ਼ਲੋਕ ਮਹਿਲਾ ਤੀਜਾ ਲੋਕ ਅਵਗੁਣ ਕੀ ਬੰਨੈ ਗੰਠੜੀ ਲੋਕ ਅਵਗੁਣ ਕੀ ਬੰਨੈ ਗੰਠੜੀ ਗੁਣ ਨਾ ਵਿਹਾਜੈ ਕੋਏ ਗੁਣ ਨਾ ਵਿਹਾਜੈ ਗਾਹਕ ਨਾਨਕਾ ਗੁਣ ਕਾ ਗਾਹਕ ਨਾਨਕਾ ਬਿਰਲਾ ਕੋਈ ਹੋਏ ਬਿਰਲਾ ਕੋਈ ਹੋਏ ਗੁਰ ਪ੍ਰਸਾਦੀ ਗੁਣ ਪਾਈਨ ਗੁਰ ਪ੍ਰਸਾਦੀ ਗੁਣ ਪਾਈਨ ਜਿਸ ਨੂੰ ਨਦਰ ਕਰੇ ਜਿਸ ਨੂੰ ਨਦਰ ਕਰੇ ਲੋਕ ਅਵਗੁਣ ਕੀ ਬੰਨੈ ਗੰਠੜੀ ਲੋਕ ਅਵਗੁਣ ਕੀ ਬੰਨੈ ਗੰਠੜੀ ਗੁਣ ਨਾ ਵਿਹਾਜੈ ਕੋਏ ਗੁਣ ਨਾ ਵਿਹਾਜੈ ਕੋਏ ਪਿਆਰੀ ਸਤਿ ਸੰਗਤ ਜੀ ਜੋ ਅਸੀਂ ਸ਼ਲੋਕ ਗਾਇਨ ਕੀਤਾ ਗੁਰੂ ਗ੍ਰੰਥ ਸਾਹਿਬ ਦੇ 1027 ਭਾਵ 1027 ਅਤੇ ਇਸ ਸ਼ਬਦ ਰੂਪ ਵਿੱਚ ਸਾਨੂੰ ਪ੍ਰਾਪਤ ਹੋਇਆ ਇਸ ਦਾ ਸਿਰਲੇਖ ਹੈ ਮਾਰੂ ਵਾਰ ਮਹਿਲਾ ਤੀਜਾ ਮਾਰੂ ਰਾਗ ਵਿੱਚ ਮਾਰੂ ਕੀ ਵਾਰ ਹੈ ਉਸਦਾ ਅਸੀਂ ਸ਼ਲੋਕ ਗਾਇਨ ਕਰਨਾ
ਵਾਰ ਵਿੱਚ ਪੂਰਾ ਸਬਜੈਕਟ ਪੌੜੀ ਸਮੇਤ ਹੁੰਦਾ ਹੈ, ਸ਼ਲੋਕ ਉਸਨੂੰ ਉਭਾਰਨ ਵਾਸਤੇ ਹੁੰਦਾ ਹੈ, ਫਿਰ ਕਦੇ ਸਮਾਂ ਆਇਆ ਤਾਂ ਅਸੀਂ ਇਸਨੂੰ ਡਿਟੇਲ ਵਿੱਚ ਪੌੜੀ ਸਮੇਤ ਸਮਝਾਂਗੇ। ਅੱਜ ਅਸੀਂ ਆਪਣਾ ਇੱਕ ਟੌਪਿਕ, ਮੈਨੂੰ ਇੱਥੇ ਆ ਕੇ ਦਿਵਜੋਤ ਜੀ ਨੇ ਦੱਸਿਆ ਕਿ ਤੁਸੀਂ ਵਿਕਾਸ, ਖੇੜਾ, ਹੈਪੀਨੈਸ ਬਾਰੇ ਲੈ ਸਕਦੇ ਹੋ। ਇਸ ਵਿੱਚ ਕਿਹਾ ਜਾ ਰਿਹਾ ਕਿ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਨੇ, ਲੋਕ ਅਵਗੁਣਾ ਕੀ ਬੰਨੈ ਗੰਠੜੀ। ਤੁਸੀਂ ਸਾਰਿਆਂ ਨੇ ਮੇਰੇ ਨਾਲ ਰਲ ਕੇ ਗਾਇਆ, ਇਹਦੇ ਵਿੱਚ ਕੋਈ ਵੀ ਐਸਾ ਅੱਖਰ ਨਹੀਂ ਹੈ ਜਿਹੜਾ ਸਮਝ ਨਾ ਆਇਆ। ਇਟਸ ਵੈਰੀ ਸਿੰਪਲ, ਲੋਕ ਅਵਗੁਣਾ ਕੀ ਬੰਨੈ ਗੰਠੜੀ। ਗੰਠੜੀ ਹੁੰਦਾ ਪੋਟਲੀ ਬੰਨਣਾ, ਆਪਣਾ ਇੱਕ ਬੈਗ ਬੰਨਣਾ। ਅਵਗੁਣ ਲੋਕ ਇਕੱਠੇ ਕਰਦੇ ਨੇ, ਇਹ ਸਾਡੀ ਸਭ ਦੀ ਫਿਤਰਤ ਹੈ। ਰਾਈਟ ਫਰੋਮ ਬਿਗਨਿੰਗ, ਅਸੀਂ ਪਿੱਛੇ 15 ਅਗਸਤ ਨੂੰ ਸੈਮੀਨਾਰ ਕੀਤਾ ਹੈ, ਉਹਦੇ ਵਿੱਚ ਅਸੀਂ ਸਮਝਣ ਦਾ ਯਤਨ ਕੀਤਾ ਹੈ ਕਿ ਰੱਬ ਜੀ ਵੱਲੋਂ ਮਨੁੱਖ ਦਾ ਮਨ ਪੈਦਾ ਨਹੀਂ ਹੁੰਦਾ, ਮਨ ਇੱਥੇ ਆ ਕੇ ਪੈਦਾ ਹੁੰਦਾ। ਇਹ ਮਨ ਕਰਮਾ, ਇਹ ਮਨ ਧਰਮਾ, ਇਹ ਮਨ ਪੰਜ ਤੱਤ ਅਤੇ ਜਨਮਾਂ, ਇਹ ਇੱਥੇ ਆ ਕੇ ਜਨਮ ਲੈਂਦਾ ਹੈ। ਸੋ ਮਨ ਡਜ਼ ਨੋਟ ਬਿਲੋਂਗ ਟੂ ਦਾ ਕ੍ਰੀਏਸ਼ਨ ਆਫ ਗੋਡ। ਮਨ ਜਿਸ ਤਰ੍ਹਾਂ ਸੋਚਦਾ ਹੈ ਉਹ ਮਨ ਦਾ ਥੋਟ ਪ੍ਰੋਸੈਸ ਹੁੰਦਾ ਹੈ, ਉਹ ਮਨ ਦੀ ਰਚਨਾ ਹੁੰਦੀ ਹੈ, ਉਹ ਮਨ ਦਾ ਜੱਗ ਹੁੰਦਾ ਹੈ, ਮਨ ਦੀ ਆਪਣੀ ਸਾਜੀ ਹੋਈ ਸ੍ਰਿਸ਼ਟੀ ਹੁੰਦੀ ਹੈ। ਮਨ ਦਾ ਸੋਚਣ ਦਾ ਢੰਗ ਜ਼ਿਆਦਾਤਰ ਨਹੀਂ 100% ਗਲਤ ਹੁੰਦਾ ਹੈ, ਇਸ ਕਰਕੇ ਉਹਨੂੰ ਮਨ ਕੀ ਮੱਤ ਕਹਿੰਦੇ ਨੇ, ਉਹਨੂੰ ਅਵਰਾਹ ਕੀ ਮੱਤ ਕਹਿੰਦੇ ਨੇ, ਜਮਾਂ ਵਾਲੀ ਬੁੱਧੀ ਕਹਿੰਦੇ ਨੇ, ਡੀਮਨ ਥੋਟਸ ਕਹਿੰਦੇ ਨੇ, ਸ਼ੈਤਾਨੀਅਤ ਵਾਲੀ ਬੁੱਧੀ ਕਹਿੰਦੇ ਨੇ। ਮਨ ਫੁਰਨਿਆਂ ਦਾ ਘਰ ਹੈ, ਪਰ ਇਹਨੂੰ ਫੁਰਨੇ ਚੰਗੇ ਨਹੀਂ ਆਉਂਦੇ। ਫੋਰ ਦਾ ਸੇਕ ਆਫ ਆਰਗੂਮੈਂਟ ਇਹ ਮੰਨ ਸਕਦੇ ਹਾਂ ਕਿ ਮਨ ਨੂੰ ਚੰਗੇ ਫੁਰਨੇ ਵੀ ਆਉਂਦੇ ਨੇ, ਲੇਕਿਨ ਸਾਨੂੰ ਉਹਦੀ ਵੈਲਿਊ ਨਹੀਂ ਪਤਾ, ਇਸ ਕਰਕੇ ਸਾਡਾ ਮਨ ਉਹ ਫਲਕਸ ਵਿੱਚ ਆਏ ਔਰ ਚਲੇ ਗਏ ਨੂੰ ਪਤਾ ਨਹੀਂ ਹੈ। ਜਿਵੇਂ ਛੋਟਾ ਬੱਚਾ ਪੈਦਾ ਹੁੰਦਾ ਹੈ, ਉਸਨੂੰ ਪੇਟ ਸਫਾਈ ਤੋਂ ਲੈ ਕੇ ਮਲ ਮੂਤਰ ਕਰਨ ਤੋਂ ਲੈ ਕੇ ਉਹਨੂੰ ਕੁਛ ਵੀ ਪਤਾ ਨਹੀਂ ਹੁੰਦਾ। ਮੈਡੀਕਲ ਟਰਮਸ ਵਿੱਚ ਹੈ ਉਹਦਾ ਫਲਕਸ ਹੈ, ਐਮ ਆਈ ਰਾਈਟ ਡਾਕਟਰ ਸਾਹਿਬ? ਉਹਨੂੰ ਬੜੀ ਦੇਰ ਬਾਅਦ ਇਹਦੀ ਸਮਝ ਆਉਂਦੀ ਹੈ ਕਿ ਮੈਨੂੰ ਇਸ ਤਰ੍ਹਾਂ ਪੌਟੀ ਆਉਂਦੀ ਹੈ, ਇਸ ਤਰ੍ਹਾਂ ਸਾਰਾ ਕੁਛ ਮੇਰਾ ਸਿਸਟਮ ਹੈ। ਦੈਟ ਟੇਕਸ ਲੋਂਗ ਟਾਈਮ ਵੈਨ ਮਨ ਇਜ਼ ਡਿਵੈਲਪਿੰਗ, ਮਨ ਇਜ਼ ਗੈਟਿੰਗ ਬਿਗਰ ਐਂਡ ਬਿਗਰ ਐਂਡ ਬਿਗਰ ਡੇ ਬਾਈ ਡੇ। ਪਹਿਲਾਂ ਨਹੀਂ ਪਤਾ ਹੁੰਦਾ, ਐਂਦੀ ਜੇ ਸਾਨੂੰ ਕੋਈ ਚੰਗਾ ਖਿਆਲ ਆ ਵੀ ਜਾਂਦਾ, ਵੀ ਡੋਂਟ ਨੋ ਦਾ ਵੈਲਿਊ ਆਫ ਦੈਟ, ਬਸ ਆਇਆ ਹੈ ਚਲਾ ਗਿਆ, ਅਸੀਂ ਉਸਨੂੰ ਸੰਭਾਲ ਕੇ ਨਹੀਂ ਰੱਖਦੇ ਹਾਂ। ਪਰ ਅਸੀਂ ਸਭ ਜਗ੍ਹਾ ਤੋਂ ਨੈਗੇਟਿਵ ਪੁਆਇੰਟਸ ਅਵਗੁਣ ਇਕੱਠੇ ਕਰ ਲੈਂਦੇ। ਬਚਪਨ ਤੋਂ ਐਕੂਮੂਲੇਟ ਕਰਦੇ ਰਹਿੰਦੇ ਹਾਂ, ਇਸ ਕਰਕੇ ਜੈਸੇ ਥੋਟ ਪ੍ਰੋਸੈਸ ਅਸੀਂ ਇਕੱਠੇ ਕਰਦੇ ਹਾਂ, ਵੱਡੇ ਹੋ ਕੇ ਵੈਸਾ ਅਸੀਂ ਬਣ ਜਾਂਦੇ ਹਾਂ। ਚਾਈਲਡ ਸਾਈਕੋਲੋਜੀ ਜਾਂ ਹਿਊਮਨ ਸਾਈਕੋਲੋਜੀ ਵਾਲੇ ਕੀ ਕਹਿੰਦੇ ਨੇ ਮੈਂ ਪੜ੍ਹੀ ਨਹੀਂ ਹੈ, ਲੇਕਿਨ ਜਦੋਂ ਕਦੇ ਅਸੀਂ ਡਿਸਕਸ ਕਰਦੇ ਹਾਂ, ਜਿਨ੍ਹਾਂ ਨੇ ਚਾਈਲਡ ਸਾਈਕੋਲੋਜੀ ਪੜ੍ਹੀ ਉਹ ਅਮੈਰੀਕਾ ਇਸ ਵੇਲੇ PhD ਕਰ ਰਹੇ ਨੇ। ਇੱਕ ਸਟੂਡੈਂਟ ਲਿਵਿੰਗ ਟ੍ਰੈਜਰੀ 'ਚ ਆਉਂਦੀ ਸੀ, ਰੀਆ ਕੌਰ, ਉਹਨੇ ਅਮੈਰੀਕਾ PhD ਕੀਤੀ ਹੈ ਚਾਈਲਡ ਸਾਈਕੋਲੋਜੀ 'ਤੇ, ਔਰ ਇੱਕ ਹੋਰ ਸਟੂਡੈਂਟ ਉਹਨੇ ਹਿਊਮਨ ਸਾਈਕੋਲੋਜੀ 'ਤੇ PhD ਕੀਤੀ ਹੈ। ਉਹ ਦੋਨੋਂ ਲਿਵਿੰਗ ਟ੍ਰੈਜਰੀ 'ਚ ਸਾਡੇ ਪ੍ਰੋਗਰਾਮ ਸੁਣਦੀਆਂ ਨੇ। ਉਹ ਕਹਿੰਦੀਆਂ ਜੋ ਕੁਛ ਤੁਸੀਂ ਦੱਸਦੇ ਹੋ ਇਹ ਸਾਨੂੰ ਹੁਣ ਮੈਡੀਕਲ ਸਾਇੰਸ ਵਿੱਚ ਸਾਈਕੋਲੋਜੀ ਦੇ ਸਬਜੈਕਟ 'ਚ ਪੜ੍ਹਾਇਆ ਜਾ ਰਿਹਾ, ਐਂਡ ਆਈ ਐਮ ਸਰਪ੍ਰਾਈਜ਼ਡ ਕਿ ਮੈਂ ਤਾਂ ਨਹੀਂ ਪੜ੍ਹੀ ਉਹ। ਇਹ ਸਾਰਾ ਕੁਛ ਗੁਰਬਾਣੀ ਤੋਂ ਸਮਝ ਆਉਂਦਾ ਜਾਂਦਾ ਕਿ ਹਾਊ ਦਾ
psyche of the human being works. So ultimately Gurbani kehndi hai, e man jaisa seve taiso hoye. ਅਸੀਂ ਬਚਪਨ ਤੋਂ ਜੈਸੇ ਖਿਆਲ ਇਕੱਠੇ ਕਰਦੇ ਹਾਂ ਵੈਸੇ ਅਸੀਂ ਵੱਡੇ ਹੋ ਕੇ ਬਣ ਜਾਂਦੇ ਹਾਂ ਇਹ ਮਨ ਜੈਸਾ ਸੇਵੇ ਤੈਸੋ ਹੋਏ ਅਤੇ ਇਹ ਕਰਮ ਕਮਾਏ ਸਾਡੀਆਂ ਡੀਡਸ ਵੀ ਵੈਸੀਆਂ ਹੋ ਜਾਂਦੀਆਂ ਵੈਸਾ ਹੀ ਥੋਟ ਪ੍ਰੋਸੈਸ ਨੂੰ ਫੋਲੋ ਕਰਦੇ ਹਾਂ ਥੋਟ ਪ੍ਰੋਸੈਸ ਨੂੰ ਕਰਮ ਕਹਿੰਦੇ ਨੇ ਫਲਸਫਾ ਕਹਿੰਦੇ ਨੇ ਮੇਰਾ ਮਨ ਜੈਸਾ ਕਰਮ ਫੋਲੋ ਕਰਦਾ ਹੈ ਵੈਸੀਆਂ ਡੀਡਸ ਕਰਾਉਂਦਾ ਹੈ ਮੇਰੀ ਬੋਡੀ ਕੋਲੋਂ ਮੇਰੀ ਬੋਡੀ ਕੋਲੋਂ ਕੰਮ ਮੈਡੀਕਲ ਟਰਮਸ ਵਿੱਚ ਮੇਰਾ ਬ੍ਰੇਨ ਕਰਾਉਂਦਾ ਹੈ ਪਰ ਮੇਰੇ ਬ੍ਰੇਨ ਨੂੰ ਬਿਲਕੁਲ ਅਕਲ ਨਹੀਂ ਹੈ ਕਿ ਕੀ ਕਰੋ ਮੇਰੇ ਬ੍ਰੇਨ ਨੂੰ ਆਰਡਰ ਕਰਦਾ ਹੈ ਮਨ ਇਹ ਮਨ ਜੈਸਾ ਸੇਵੇ ਤੈਸੋ ਹੋਏ ਇਹ ਕਰਮ ਕਮਾਏ ਔਰ ਇੰਗਲਿਸ਼ ਵਿੱਚ ਮਨ ਦੀ ਟਰਾਂਸਲੇਸ਼ਨ ਮਾਇੰਡ ਇਜ਼ ਰੋਂਗ ਮਾਇੰਡ ਵਰਕਸ ਸਬਜੈਕਟ ਟੂ ਮਨ ਜੇ ਅਸੀਂ ਵੱਡੇ ਹੋ ਕੇ ਹੈਪੀ ਨਹੀਂ ਹਾਂ ਖੁਸ਼ ਨਹੀਂ ਹਾਂ ਸਦੀਵੀ ਵਿਕਾਸ ਦੇ ਖੇੜੇ ਵਿੱਚ ਨਹੀਂ ਹਾਂ ਉਹਦੀਆਂ ਕੁਛ ਆਪਣੇ ਆਪ ਉੱਤੇ ਅਸੀਂ ਇੰਟਰੋਸਪੈਕਸ਼ਨ ਕਰਕੇ ਆਪਣੀਆਂ ਆਦਤਾਂ ਨੂੰ ਨੋਟ ਕਰਾਂਗੇ ਜਦੋਂ ਨੋਟ ਕਰਾਂਗੇ ਤਾਂ ਪਤਾ ਲੱਗੇਗਾ ਜੇ ਮੇਰੀ ਮਰਜ਼ੀ ਮੁਤਾਬਕ ਕੁਛ ਹੁੰਦਾ ਦੈਨ ਆਈ ਐਮ ਹੈਪੀ ਮੇਰੀ ਮਰਜ਼ੀ ਮੁਤਾਬਕ ਨਹੀਂ ਹੁੰਦਾ ਆਈ ਐਮ ਅਨਹੈਪੀ ਜਬ ਕਛ ਪਾਵਤ ਤਬ ਗਰਭ ਕਰਤ ਹੈ ਜਦੋਂ ਮੈਨੂੰ ਮੇਰੀ ਮਰਜ਼ੀ ਮੁਤਾਬਕ ਕੁਛ ਮਿਲ ਜਾਂਦਾ ਫਿਰ ਮੈਂ ਆਕੜ ਜਾਂਦਾ ਮਾਇਆ ਗਈ ਤਾਂ ਰੋਵਣ ਲਗਤ ਹੈ ਤੁਸੀਂ ਸਾਰਿਆਂ ਨੇ ਨੋਟਿਸ ਕੀਤਾ ਫਰਜ਼ ਕਰੋ ਮੈਂ ਇੱਕ ਪ੍ਰੋਪਰਟੀ ਖਰੀਦ ਰਿਹਾ ਉਹ ਪ੍ਰੋਪਰਟੀ ਮੈਂ 20 ਲੱਖ ਮੈਨੂੰ ਪ੍ਰੋਫਿਟ ਹੋਣਾ ਸੀ 20 ਲੱਖ ਔਰ ਸਮ ਹਾਉ ਦੀ ਅਦਰ ਮੇਰਾ ਪ੍ਰੋਫਿਟ 14 ਲੱਖ ਹੋਇਆ ਮੈਨੂੰ 14 ਲੱਖ ਨਜ਼ਰ ਹੀ ਨਹੀਂ ਆਉਣਗੇ ਮੈਂ ਅਨਹੈਪੀ ਰਹਾਂਗਾ ਮੇਰਾ 20 ਹੋਣਾ ਸੀ ਜਿਹੜਾ 6 ਲੱਖ ਦਾ ਘਾਟਾ ਹੈ ਨਾ ਮਾਈ ਮਾਇੰਡ ਵਿਲ ਕੈਚ ਦੈਟ ਮਾਈ ਮਨ ਕੈਚਿਸ ਦੈਟ ਐਂਡ ਇਟ ਸਟੋਰਸ ਇਨ ਮਾਈ ਮੈਮਰੀ ਜੇ ਇੰਜ ਹੋ ਜਾਂਦਾ ਨਾ ਮੇਰੇ ਸਹੁਰਾ ਸਾਹਿਬ ਮੇਰੇ ਸਾਲੇ ਬੜੇ ਅਮੀਰ ਨੇ ਜੇ ਉਹਨਾਂ ਨੇ ਪੈਸੇ ਦਿੱਤੇ ਹੁੰਦੇ ਨਾ ਵਕਤ ਸਿਰ ਮੈਨੂੰ ਜੇ ਮੈਂ ਡੀਲ ਵੇਲੇ ਜਾ ਰਿਹਾ ਸੀ ਬ੍ਰੈਕਫਾਸਟ ਮੇਰੀ ਵਾਈਫ ਨੇ ਟਾਈਮ ਸਿਰ ਤਿਆਰ ਕੀਤਾ ਹੁੰਦਾ ਨਾ ਤਾਂ ਮੀਨਸ ਉਹ 6 ਲੱਖ ਦਾ ਕੰਡਾ ਚੁਭ ਰਿਹਾ ਜਬ ਕਛ ਪਾਵਤ ਤਬ ਗਰਭ ਕਰਤ ਹੈ ਮਾਇਆ ਗਈ ਤਾਂ ਰੋਵਣ ਲੱਗਤ ਹੈ ਮਾਇਆ ਡਜ਼ ਨੋਟ ਮੀਨ ਮਨੀ ਮਾਇਆ ਮੀਨਸ ਮੇਰੇ ਮਨ ਦਾ ਨੈਗੇਟਿਵ ਥੋਟ ਪ੍ਰੋਸੈਸ ਨੈਗੇਟਿਵ ਥੋਟ ਪ੍ਰੋਸੈਸ ਵਿੱਚ ਮਨ ਜਿਹੜੀਆਂ ਜਿਹੜੇ ਡੈਫੀਸ਼ੈਂਸੀਜ਼ ਵਾਲੇ ਸ਼ਾਰਟਕਮਿੰਗਸ ਵਾਲੇ ਫਲੋਸ ਵਾਲੇ ਇਮਪਰਫੈਕਸ਼ਨਸ ਵਾਲੇ ਬੈਡ ਹੈਬਿਟਸ ਨੂੰ ਇਕੱਠਾ ਕਰਦਾ ਨਾ ਉਹਨੂੰ ਮਾਇਆ ਕਹਿੰਦੇ ਉਹਨੂੰ ਕਾਚਾ ਤਨ ਕਹਿੰਦੇ ਇਹਨੂੰ ਨਹੀਂ ਪਤਾ ਕਿ ਇਹਦੇ ਨਾਲ ਮੈਨੂੰ ਹੈਪੀਨੈਸ ਨਹੀਂ ਮਿਲੇਗੀ ਉਹ ਸੋਚ ਰਿਹਾ ਮੈਨੂੰ ਸੈਟਿਸਫੈਕਸ਼ਨ ਮਿਲੀ ਹੈ ਬਟ ਦੇਰ ਇਜ਼ ਬਿਗ ਡਿਫਰੈਂਸ ਬਿਟਵੀਨ ਕੰਟੈਂਟਮੈਂਟ ਐਂਡ ਸੈਟਿਸਫੈਕਸ਼ਨ ਸੈਟਿਸਫੈਕਸ਼ਨ ਮੀਨਸ ਜੋ ਮੈਨੇ ਚਾਹਾ ਥਾ ਵੋ ਮੁਝੇ ਮਿਲ ਗਿਆ ਆਈ ਐਮ ਸੈਟਿਸਫਾਈਡ ਕੰਟੈਂਟਮੈਂਟ ਮੀਨਸ ਸੰਤੋਖ ਜੋ ਮੈਨੇ ਚਾਹਾ ਥਾ ਵੋ ਮਿਲ ਗਿਆ ਫਾਈਨ ਨਹੀਂ ਮਿਲਾ ਤੋ ਵੀ ਫਾਈਨ ਆਈ ਐਮ ਨੋਟ ਇਮਬੈਲੈਂਸਡ
मैंने चाहा था गर्मी है अगर एयर कंडीशनर हो तो, अगर एयर कंडीशनर नहीं है आई एम नॉट फाइटिंग आई एम नॉट ग्रम्बलिंग फॉर द रेस्ट ऑफ 6 लाख. एयर कंडीशन होता तो इहदा मतलब जदों मैं किसी भी अवस्था कोई भी चीज़ मैनू मिले ना मिले मैं बैलेंस्ड रहिंदा उहनू कंटेंटमेंट की अवस्था कहते हैं. संतोख संतोख मैनू हैप्पीनेस देता है. आई एम बैलेंस्ड. हैप्पीनेस डज नॉट मीन ही हर वेले बत्ती दंद कड्डी रखना, चुटकले सुना के हर वेले खुश रहना, पर एवें गुस्सा चढ़िया रहना. फर्ज करो मैं चुटकले सुना की आदत है, मैं चुटकला सुनावा तुसी हसो, मैं चुटकला सुनावा मैं आप हस पवा, साडा एनवायरमेंट हसन का क्रिएट हो गया. लेकिन जदों चुटकला सुनांदिया सुनांदिया मैनू पता लगे मैं लॉटरी खरीदी दी सी, मेरी लॉटरी नहीं निकली, उस वेले भी मैं रोण लग पवा, तब जब कछ पावत तब गर्व लगता है, माया लगी तो माया गई तो रोवन लगता है. मैं अपनी वाइफ नू कहा सी कि तुसी 8 बजे बच्चे नू पिकअप कर लेना. एट 8 o'clock आई केम टू नो मेरी वाइफ ने बच्चा पिकअप नहीं किया. मेरा कहना नहीं माना, उस वेले मेरा चुटकला साइड ते रह जाता है, मैनू गुस्सा चढ़ जाता है मेरी वाइफ ने कहना क्यों नहीं माना. मैं निक्के निक्के बच्चियां को मैं सीखिया, मैं उन्होंने पूछा आपके घर में गुस्सा ज्यादा कौन करता है? ऐ मम्मी. अच्छा मम्मी कब गुस्सा करती है? छोटे छोटे बच्चे मैनू साइकी पढ़ा रहे ने, छोटे छोटे बच्चे वर्ल्ड वाइड मैनू दस रहे ने अगर मम्मी की मर्जी से सब कुछ होता है तो ठीक, नहीं तो दादी भी गलत, पापा भी गलत, हम भी सारे गलत. उस दिन घर में वीर जी खाना नहीं बनता है. कि है मम्मी खिड़ी है खुश है कि जे ओदी मर्जी मुताबक होवे. सानू सारे नू बचपन तो यह गल पता लग गई है कि मैं अपनी गल रो के मनवानी है, रुस के मनवानी है, यही अवगुण है. रिवार्ड्स एंड पनिशमेंट्स. लोग अवगुणा की बनना है गंठड़ी. गुरु पातशाह कहते ने नानक अवगुण जेतड़े तेते गली जंजीर. जितने अवगुण तू कट्ठे करेगा उतना तेनु ट्रैप जमा दा डीमन थॉट्स दा पैदा जाएगा. यू आर ऑलरेडी लिविंग इन इनसिक्योरिटी एंड द मोर अवगुण यू एक्यूमुलेट द मोर डेफिशिएंसीज एंड शॉर्टकमिंग्स या बैड हैबिट्स यू कलेक्ट यू विल बी अनहैप्पी मोर एंड मोर. लोग अवगुणा की बनना गंठड़ी गुण ना विहाजै कोई. जदों पति पत्नी दे नाल बुरा बोल बोलता है, पत्नी नू गाल कढ़दा है, पत्नी दे पेकियां नू बुरा भला कहिंदा है, वो अगों जे बोलती है उन्हों मारदा भी है, उन्हों एक्सप्लॉइट भी करता है, उन्हों हर किस्म दी हरासमेंट देता है, तो खुश होता है मेरा राज चल गया. 80% वर्ल्ड इच एनजी है, 20% वर्ल्ड इच women tries to manipulate and exploit husband and the mother-in-law
ਹੈ ਨਨਾਣ ਉਹਨਾਂ ਨੂੰ ਟਿਕਣ ਨਹੀਂ ਦਿੰਦੀ ਹੈ ਸੋ ਆਈ ਐਮ ਨੋਟ ਫੇਵਰਿੰਗ ਦ ਮੈਨ ਔਰ ਆਈ ਐਮ ਨੋਟ ਫੇਵਰਿੰਗ ਦ ਵਿਮੈਨ ਆਈ ਐਮ ਜਸਟ ਗਿਵਿੰਗ ਦ ਸਪੋਂਟੇਨੀਅਸ ਐਗਜ਼ੈਂਪਲ ਕਿ ਔਗੁਣ ਨੂੰ ਯੂਜ ਕਰਕੇ ਅਸੀਂ ਹੈਪੀਨੈਸ ਸਮਝਦੇ ਹਾਂ ਪਰ ਉਸ ਹੈਬਿਟ ਦੇ ਨਾਲ ਸਾਨੂੰ ਸਕਸੈਸ ਨਜ਼ਰ ਆਉਂਦੀ ਹੈ ਔਰ ਅਸੀਂ ਇਸ ਨੂੰ ਇਕੱਠਾ ਕਰ ਲੈਂਦੇ ਹਾਂ ਦੈਟ ਇਨ ਫਿਊਚਰ ਵੇਅਰ ਐਵਰ ਦਿਸ ਕੋਇਨ ਵਿਲ ਬੀ ਰਿਕੁਆਇਰਡ ਟੂ ਡੋਮੀਨੇਟ ਟੂ ਐਕਸਪਲੋਇਟ ਆਈ ਵਿਲ ਯੂਜ਼ ਇਟ ਪਰ ਪਤਾ ਨਹੀਂ ਹੈ ਡੇ ਬਾਈ ਡੇ ਮੇਰੇ ਰਿੰਕਲਸ ਵੱਧ ਜਾਣਗੇ ਮੇਰੀ ਚਿੰਤਾ ਫਿਕਰ ਵੱਧ ਜਾਏਗੀ ਟੈਨਸ਼ਨ ਹੋ ਜਾਏਗੀ ਮੈਨੂੰ ਨੀਂਦ ਪ੍ਰੋਪਰ ਨਹੀਂ ਆਏਗੀ ਮੇਰੀ ਪਤਨੀ ਦੇ ਨਾਲ ਜਾਂ ਪਤਨੀ ਦੀ ਪਤੀ ਨਾਲ ਡਿਸਹਾਰਮਨੀ ਹੁੰਦੀ ਜਾਏਗੀ ਦ ਮੋਰ ਵੀ ਆਰ ਹੈਡਿੰਗ ਟੂਵਰਡਸ ਡਿਸਹਾਰਮਨੀ ਵੀ ਆਰ ਨੋਟ ਏਬਲ ਟੂ ਗੈਟ ਦ ਹੈਪੀਨੈਸ ਰਾਦਰ ਵੀ ਆਰ ਵਲਨਰੇਬਲ ਟੂ ਬੀ ਅਨਹੈਪੀ ਲੋਕ ਔਗੁਣਾਂ ਕੀ ਬੰਨੈ ਗੰਠੜੀ ਗੁਣ ਨਾ ਵਿਹਾਜੈ ਕੋਏ ਗੁਣ ਕਾ ਗਾਹਕ ਨਾਨਕਾ ਵਿਰਲਾ ਕੋਈ ਹੋਏ ਵਿਰਲਾ ਕੋਈ ਦੇ ਮੈਨੇ ਐ ਨਹੀਂ ਹੁੰਦੇ ਲੱਖਾਂ ਕਰੋੜਾਂ ਪਿੱਛੇ ਕੋਈ ਵਿਰਲਾ ਹੁੰਦਾ ਹੈ ਵਿਰਲਾ ਕੋਈ ਦੇ ਮਤਲਬ ਹੁੰਦਾ ਹੈ ਹੂਸੋਐਵਰ ਟ੍ਰਾਈਜ਼ ਟੂ ਕਲੈਕਟ ਦਾ ਗੋਡਲੀ ਕੁਆਲਿਟੀਜ਼ ਦਾ ਵਰਚੂਸ ਹੂਸੋਐਵਰ ਉਹ ਵਿਰਲਾ ਬਣ ਜਾਂਦਾ ਹੈ ਹੀ ਬਿਕਮਸ ਦਾ ਐਕਸਟਰਾ ਆਰਡੀਨਰੀ ਐਕਸਕਲੂਸਿਵ ਪਰਸਨੈਲਿਟੀ ਪੰਜਾਬੀ 'ਚ ਉਹਨੂੰ ਕਹਿੰਦੇ ਨੇ ਉਹ ਵਿਕੋਲਿਤਰਾ ਬਣ ਜਾਂਦਾ ਹੈ ਵਿਰਲਾ ਬਣ ਜਾਂਦਾ ਹੈ ਉਹਦੀ ਸ਼ਖਸੀਅਤ ਵਿਕੋਲਿਤਰੀ ਹੋ ਜਾਂਦੀ ਹੈ ਗੁਣ ਕਾ ਗਾਹਕ ਨਾਨਕਾ ਜੋ ਵੀ ਗੋਡਲੀ ਕੁਆਲਿਟੀਜ਼ ਨੂੰ ਲੈਂਦਾ ਹੈ ਉਹ ਵਿਰਲਾ ਬਣ ਜਾਂਦਾ ਹੈ ਨਾ ਉਹ ਵਿਰਲਾ ਹਰ ਕੋਈ ਬਣ ਸਕਦਾ ਹੈ ਕਈ ਲੋਕ ਮੈਨੂੰ ਕਹਿੰਦੇ ਨੇ ਵੀਰ ਜੀ ਗੁੱਸਾ ਕਰਨਾ ਪੈਂਦਾ ਹੈ ਮੈਂ ਉਹਨਾਂ ਨੂੰ ਪੁੱਛਦਾ ਫੋਰ ਐਗਜ਼ਾਮਪਲ ਇਫ ਦਿਸ ਇਜ਼ ਬਿਜ਼ਨਸਮੈਨ ਹੂ ਇਜ਼ ਹੈਵਿੰਗ ਫੈਕਟਰੀ ਹੀ ਸੇਜ਼ ਉਹ ਵੀਰ ਜੀ ਲੇਬਰ ਕੋ ਗਾਲੀ ਨਿਕਾਲਨੀ ਪੜਤੀ ਹੈ ਗੁੱਸਾ ਕਰਨਾ ਪੜਤਾ ਹੈ ਤਬ ਉਹ ਕੰਮ ਕਰਤੇ ਹੈ ਫਾਈਨ ਕਈ ਕਹਿੰਦੇ ਨੇ ਪਤਨੀ ਕੋ ਗਾਲੀ ਨਿਕਾਲੋ ਤਾਂ ਉਹ ਦਬ ਕੇ ਰਹਿੰਦੀ ਹੈ ਜ਼ਿਆਦਾ ਪਰ ਨਹੀਂ ਨਿਕਲਦੀ ਹੈ ਨਾਓ ਇਟਸ ਵੈਰੀ ਈਜ਼ੀ ਟੂ ਫਾਈਂਡ ਦਾ ਨੈਗੇਟਿਵ ਸਾਈਡ ਐਂਡ ਕਲੈਕਟ ਇਟ ਗੁੱਸਾ ਕੀਆ ਗਾਲੀ ਨਿਕਾਲੀ ਲੇਬਰ ਨੇ ਕੰਮ ਕੀਆ ਬੈਨੀਫਿਟ ਕਿਆ ਹੁਆ ਪ੍ਰੋਫਿਟ ਪ੍ਰੋਫਿਟ ਕਿਆ ਹੁਆ ਮੈਟੀਰੀਅਲ ਵਰਲਡ ਕਾ ਪ੍ਰੋਫਿਟ ਕਿਆ ਹੁਆ ਬਿਜ਼ਨਸ ਕੇ ਐਥਿਕਸ ਮੇ ਮਨੀ ਆ ਗਈ ਬਟ ਯੂਜ਼ ਕੌਨ ਸਾ ਕੋਇਨ ਕੀਆ ਔਗੁਣ ਗਾਲੀ ਨਿਕਾਲੀ ਗੁੱਸਾ ਕੀਆ ਨਾਓ ਪੈਸਾ ਆ ਗਿਆ ਆਪਕੇ ਉਸ ਮਿਲੀਅਨਸ ਆਫ ਡਾਲਰ ਕਾ ਪ੍ਰੋਫਿਟ ਆ ਗਿਆ but you cannot buy the happiness out of it you cannot rather you accept it har nakash mera baap hai har nakash baap da matlab hunda hai you are hypnotized by the worldly things you are exploited you are inspired to have the worldly things are not wrong we all should have it but dependence on that means aapne duniyavi cheezon ko mai baap maan liya mano aapne har nakash ko apna baap maan liya you cannot have the man di avastha of prahlad you cannot have the avastha of truhu ਧਰੂ ਦੀ ਅਵਸਥਾ ਵਿੱਚ ਸਟੈਪ ਮਦਰ ਡਸ ਨੋਟ ਅਲਾਓ ਧਰੂ ਟੂ ਸਿਟ ਇਨ ਦਾ ਲੈਪ ਆਫ ਸੰਤੋਖ ਪਿਤਾ
So if Dhruv meets the real mother, not the stepmother, but real mother, Dhruv begs ki manu kis uddam te raj mile, means mera balance, mera man tik jaye. उस संतोख दा राज, सतयुग रथ संतोख का, सतयुगी अवस्था मैनु किवें मिल जाए. और रियल मदर दसदी है, स्टेप मदर अवगुण सिखाती है. वैन एवर वी आर इंस्पायर्ड और टेम्पटेड टू कलैक्ट द नैगेटिवस, तां असी मानो स्टेप मदर दे कोल हाँ, वी विल लूज द कंटेंटमेंट एज ए फादर. असी संतोख पिता लूज कर जाऊंगा, कर जाएंगे. साड़ी एक बुक मिलेगी तुहानू, दूध पियो गोबिंदे राय, दूध पियो मेरो मन पतिया है, ना ही तो घर को बाप रिसाए. रिसाए की होंगे, जिसा तुसी कपड़े पोटली विच दूध नू फिटा के पाओ तो उहदे चो पानी निकल जाता और उहदे थले थिंदा थिंदा जैन लग जाता है. या एक पोटली विच तुसी क्रीम कट के मक्खन कड्डो तो उहदा थिंदा थिंदा लग जाता ना, रिस रिस के. एंड तेरे थॉट प्रोसेस दी पोटली चो रिस रिस के कंटेंटमेंट एक एक बूंद करके निकल जाएगी. एंड यू विल बी डिसकंटेंटेड पर्सन, तू संतोखी नहीं रहेगा. तो उस संतोख सैमीनार असी सीखिया सी कि संतोख पिता मीनस कंटेंटमेंट. माँ सैमीनार असी सीखिया सी माता मत, पिता संतोख. साडा फादर है संतोख, मत है चंगी मत. जदों मेरे संतोख कंटेंटमेंट फादर दे नाल मेरी चंगी मत रियल मदर दोनों मिल जान, तां जेड़ा मेरा जन्म होंदा है वो इटरनल होंदा है. ਉਹਨੂੰ ਕਹਿੰਦੇ ਨੇ ਪਿਤਰੀ ਹੋਏ ਉਧਾਰੋ. ਮੇਰੇ ਪਿੱਤਰ, ਮੇਰੇ ਅਨਸੈਸਟਰਸ ਠੀਕ ਹੋ ਗਏ. ਉਹ ਠੀਕ ਨਹੀਂ ਨੇ, ਮੈਂ ਅਵਗੁਣ ਇਕੱਠੇ ਕਰਾਂਗਾ, ਮੈਂ ਡਿਸਕੰਟੈਂਟਿਡ ਰਹਾਂਗਾ. ਗੁਰੂ ਸਾਹਿਬ ਕਹਿੰਦੇ ਨੇ ਗੁਣ ਕਾ ਗਾਹਕ ਨਾਨਕਾ ਵਿਰਲਾ ਕੋਈ ਹੋਏ. ਜੇ ਮੈਂ ਗੁਣ ਕੁਆਲਿਟੀਜ਼ ਇਕੱਠੀਆਂ ਕਰਾਂਗਾ, ਕੁਆਲਿਟੀਜ਼ ਦੇ ਨਾਲ ਨਾ ਕੰਟੈਂਟਮੈਂਟ ਆਉਂਦੀ ਹੈ, ਸੰਤੋਖ ਆਉਂਦਾ ਹੈ. ਫੋਰ ਐਗਜ਼ਾਮਪਲ, ਘਰ ਮਦਰ ਖਾਣਾ ਬਣਾਉਂਦੀ ਹੈ, ਤੁਹਾਡੇ 'ਚੋਂ ਕੋਈ ਪਹਿਲਾਂ ਖਾਂਦੀ ਹੋਏਗੀ ਮੈਨੂੰ ਨਹੀਂ ਪਤਾ, ਬਟ ਐਜ ਏ ਮਦਰ ਪਰਸਨੈਲਿਟੀ, ਮਦਰ ਦੀ ਸੋਚਣ ਦੀ ਕੀਮੀਆ, ਮਦਰ ਸਭ ਨੂੰ ਖਵਾ ਕੇ ਬੜੀ ਖੁਸ਼ ਹੁੰਦੀ ਹੈ. ਸਹੀ ਹੈ, ਸੁਣੋ, ਉਹ ਖਵਾ ਬੱਚਿਆਂ ਨੂੰ ਖਵਾ ਕੇ ਬਹੁਤ ਖੁਸ਼ ਹੁੰਦੀ ਹੈ. ਬੜਾ ਪੁਰਾਣਾ ਅਖਾਣ ਹੈ, ਮਾਂ ਨੂੰ ਪੁੱਛਿਆ, ਮਾਂ ਜੀ ਤੁਸੀਂ ਪਤੀਲੇ 'ਚੋਂ ਸਾਰੀ ਸਬਜ਼ੀ ਸਾਰਿਆਂ ਨੂੰ ਵੰਡ ਵੰਡ ਕੇ ਦੇਈ ਜਾ ਰਹੇ ਹੋ, ਬਹੁਤ ਸਵਾਦ ਹੈ, ਮੇਰੇ ਕੋਲ ਔਰ ਦੇ ਦਿਉ. ਉੱਥੋਂ ਪਾਪਾ ਨੇ ਮੰਗ ਲਈ, ਉੱਥੇ ਚਾਚੇ ਨੇ ਮੰਗ ਲਈ, ਉਹ ਸਭ ਨੂੰ ਵੰਡ ਵੰਡ ਕੇ ਦੇ ਰਹੀ ਹੈ. ਤੁਹਾਨੂੰ ਪੁੱਛਿਆ, ਮੰਮੀ ਆਪ ਕਿਆ ਖਾਓਗੇ? ਉਹ ਕਹਿੰਦੀ ਹੈ, ਮਾਂ ਪਈ ਚੁੱਲ. ਮਾਂ ਪਈ ਚੁੱਲ ਦਾ ਮਤਲਬ ਹੁੰਦਾ ਫੋਰਗੈਟ ਅਬਾਊਟ ਮੀ, ਡੋਂਟ ਵਰੀ, ਆਈ ਫੀਲ ਹੈਪੀ, ਤੁਹਾਨੂੰ ਸਭ ਨੂੰ ਸਵਾਦ ਲੱਗੀ. ਸ਼ੀ ਇਜ਼ ਨੋਟ ਸਪੇਅਰਿੰਗ ਦਾ ਸਬਜ਼ੀ ਫੋਰ ਹਰ, ਸ਼ੀ ਇਜ਼ ਨੋਟ ਸਟੀਲਿੰਗ. ਜਿਹੜੀ ਜਨਾਨੀ ਸਟੀਲ ਕਰਦੀ ਹੈ ਉਹ ਪਹਿਲਾਂ ਆਪਣੇ ਵਾਸਤੇ ਡਿਸਕੰਟੈਂਟਿਡ ਹੋ ਜਾਂਦੀ ਹੈ, ਹੈਪੀਨੈਸ ਲੂਜ਼ ਹੋ ਗਈ. ਉਹ ਪਤਾ ਹੀ ਕਰਦੀ ਹੈ, ਪਹਿਲਾਂ ਹੀ ਆਪਣੇ ਵਾਸਤੇ ਸਲਾਦ, ਆਪਣੇ ਵਾਸਤੇ ਸਬਜ਼ੀਆਂ, ਆਪਣੇ ਵਾਸਤੇ ਸਭ ਕੁਝ ਬਚਾ ਕੇ ਸਾਈਡ 'ਤੇ ਰੱਖ ਲੈਂਦੀ ਹੈ. ਸੱਸ ਸਹੁਰੇ ਨੂੰ ਦੁੱਧ ਨਹੀਂ ਦਿੰਦੀ ਹੈ, ਫਰਿੱਜ 'ਚ ਰੱਖਾਂਗੀ ਤਾਂ ਉਹ ਕੱਢ ਲੈਣਗੇ, ਅਲਮਾਰੀ 'ਚ ਰੱਖ ਜਾਂਦੀ ਹੈ ਭਾਵੇਂ ਉਹ ਖਰਾਬ ਹੋ ਜਾਏ. ਮੈਂ ਜਦੋਂ ਲੋਕ ਕਾਉਂਸਲਿੰਗ ਕਰਾਉਣ ਆਉਂਦੇ ਨੇ ਨਾ, ਤਾਂ ਮੈਨੂੰ ਇਹ ਦੱਸਦੇ ਨੇ ਕਿ ਹਾਓ ਇਟ ਹੈਪਨਸ. ਮੈਨੂੰ ਨੌਜਵਾਨ ਨੂੰ ਵੀ ਡਿਸਕਸ ਕਰ ਜਾਂਦੀ ਹੈ ਵਾਟ ਇਜ਼ ਹੈਪਨਿੰਗ ਇਨ ਮਾਈ ਹਾਊਸ, ਔਰ ਸੱਸਾਂ ਵੀ ਮੈਨੂੰ ਡਿਸਕਸ ਕਰ ਜਾਂਦੀਆਂ ਮੇਰੀ ਨੂੰ ਕੀ ਕਰਦੀ ਹੈ, ਨਨਾਣਾ ਵੀ ਦੱਸ ਜਾਂਦੀ ਹੈ ਮੇਰੀ ਭਰਜਾਈ ਕੀ ਕਰਦੀ ਹੈ, ਔਰ ਭਰਜਾਈ ਵੀ ਦੱਸਦੀ ਹੈ ਮੇਰੇ ਘਰ 'ਚ ਨਨਾਣ ਡੋਮੀਨੇਟ ਕਿਵੇਂ ਕਰਦੀ ਹੈ. ਸਾਰੇ ਸਾਨੂੰ ਸਿਖਾ ਕੇ ਜਾਂਦੇ ਨੇ,
Counseling does not mean we fix them up, rather they tell us. ਉੱਥੋਂ ਅਸੀਂ ਸਿੱਖਦੇ ਹਾਂ ਗੁਣ ਨਹੀਂ ਲਏ ਅਨਹੈਪੀ ਮਦਰ ਬਟ ਇਨ ਟਰੂ ਸੈਂਸ ਐਸ ਪਰ ਦਾ ਗੋਡਸ ਨੇਚਰ ਮਦਰ ਬਣੀ ਹੀ ਇੰਜ ਹੈ ਕਿ ਮਦਰ ਵੰਡ ਕੇ ਖੁਸ਼ ਹੁੰਦੀ ਹੈ ਹੋਰ ਕੋਈ ਪਕਾ ਕੇ ਖਵਾ ਕੇ ਖੁਸ਼ ਹੋਵੇ ਜਾਂ ਨਾ ਹੋਵੇ ਵੋਟੀ ਮਾਈਂਡ ਕਰ ਸਕਦੀ ਹੈ ਭਰਜਾਈ ਮਾਈਂਡ ਕਰ ਸਕਦੀ ਹੈ ਚਾਚੀ ਮਾਈਂਡ ਕਰ ਸਕਦੀ ਹੈ ਪਰ ਤੁਸੀਂ ਮਾਂ ਸਵੇਰ ਦੀ ਥੱਕੀ ਹੋਈ ਹੈ ਬਿਮਾਰ ਵੀ ਹੈ ਤੁਸੀਂ ਉਹਨੂੰ ਕਹਿ ਦਿਓ ਮੰਮੀ ਪਰਾਂਠਾ ਬਹੁਤ ਅੱਛਾ ਬਣਾ ਹੈ ਇੱਕ ਔਰ ਦੇ ਦਿਓ ਸ਼ੀ ਵਿਲ ਲਵ ਇਟ ਉਹਨੂੰ ਇਹਦੇ 'ਚ ਹੈਪੀਨੈਸ ਬੜੀ ਮਿਲਦੀ ਹੈ ਬਾਕੀ ਕਹਿਣਗੇ ਲੈ ਅੱਜ ਬ੍ਰੈਡ ਖਾ ਲੈ ਨਾ ਅੱਛਾ ਚਾਵਲ ਖਾ ਲਓ ਨਾ ਮਦਰ ਸੁਣਨਾ ਚਾਹੁੰਦੀ ਹੈ ਕਿ ਤੁਸੀਂ ਮੇਰੇ ਕੋਲ ਹੋਰ ਮੰਗੋ ਮੈਂ ਦੁਬਾਰਾ ਆਟਾ ਗੁੰਨ ਲਾਂਗੀ ਇਹ ਪਤਾ ਕੀ ਹੈ ਹੈਪੀ ਸਟੇਟ ਆਫ ਮਾਈਂਡ ਉਹ ਨਹੀਂ ਕਹਿ ਰਹੀ ਮੈਨੂੰ ਭੁੱਖ ਲੱਗੀ ਹੈ ਜੇ ਸੁੱਖ ਦੇ ਤਾਂ ਤੁਝੇ ਰਾਧੀ ਦੁੱਖ ਵੀ ਤੁਝੇ ਧਿਆਈ ਜੇ ਭੁੱਖ ਦੇ ਤਾਂ ਇਹਦੀ ਰਾਜਾ ਦੁੱਖ ਵਿੱਚ ਸੁੱਖ ਮਨਾਈ ਪਿਤਾ ਅਸੰਤੋਖੀ ਹੋਏਗਾ ਤਾਂ ਪਹਿਲਾਂ ਕਹੇਗਾ ਮੈਂ ਥੱਕਿਆ ਆਇਆ ਪਹਿਲਾਂ ਰੋਟੀ ਮੈਨੂੰ ਦਿਓ ਬਟ ਮਦਰ ਨੈਵਰ ਸੇਸ ਇਹ ਉਹਦਾ ਬਾਇਲੋਜੀਕਲ ਥੋਟ ਪ੍ਰੋਸੈਸ ਹੈ ਜਿਵੇਂ ਮਾਂ ਖਵਾ ਕੇ ਖੁਸ਼ ਹੁੰਦੀ ਹੈ ਦੇ ਕੇ ਖੁਸ਼ ਹੁੰਦੀ ਹੈ ਇਹ ਖੁਸ਼ੀ ਉਹਦੀ ਸਟਾਰਟ ਹੋਈ ਹੈ ਸੰਤੋਖ ਦੇ ਕਾਰਨ ਇੰਜ ਜੇ ਅਸੀਂ ਦੂਜਿਆਂ ਨੂੰ ਦੇਣਾ ਦੂਜਿਆਂ ਵਾਸਤੇ ਜੀਣਾ ਸ਼ੁਰੂ ਕਰੀਏ ਵੀ ਵਿਲ ਬੀ ਕੰਟੈਂਟਿਡ ਪਰਸਨ ਐਂਡ ਵੀ ਵੁੱਡ ਬੀ ਏਬਲ ਟੂ ਰਿਸੀਵ ਦਾ ਰੀਅਲ ਹੈਪੀਨੈਸ ਫੋਰ ਐਵਰ ਗੁਣ ਕਾ ਗਾਹਕ ਨਾਨਕਾ ਵਿਰਲਾ ਕੋਈ ਹੋਏ ਜਿਉਂ ਜਿਉਂ ਅਸੀਂ ਇਸ ਤਰ੍ਹਾਂ ਗੁਣ ਸਾਂਝ ਕਰਾਂਗੇ ਅਸੀਂ ਵਿਰਲੇ ਬਣਦੇ ਜਾਵਾਂਗੇ ਗੁਰਪ੍ਰਸਾਦੀ ਗੁਣ ਪਾਈਅਨ ਗੁਰੂ ਦੀ ਪ੍ਰਸਾਦ ਮੀਨਸ ਗੁਰੂ ਦੀ ਮੱਤ ਗੁਰੂ ਦੀ ਕਿਰਪਾ ਮੀਨਸ ਗੁਰੂ ਦੀ ਮੱਤ ਗ੍ਰੇਸ ਆਫ ਗੁਰੂ ਮੀਨਸ ਗੁਰੂ ਦੀ ਮੱਤ ਜੋ ਗੁਰੂ ਸੁਣਾਉਂਦਾ ਹੈ ਕਹਿੰਦਾ ਹੈ ਉਹਨੂੰ ਲੈਣਾ ਜਿਸ ਗੁਰਪ੍ਰਸਾਦੀ ਗੁਣ ਪਾਈਅਨ ਜਿਸ ਨੂੰ ਨਦਰ ਕਰੇ ਜਿਸ ਨੂੰ ਨਦਰ ਕਰੇ ਦੇ ਲਿਟਲ ਮੀਨਿੰਗ ਇਹ ਨਹੀਂ ਹਨ ਕਿ ਰੱਬ ਜਿਨ੍ਹਾਂ 'ਤੇ ਗੁਰੂ ਜਿਨ੍ਹਾਂ 'ਤੇ ਨਦਰ ਕਰੇਗਾ ਰਾਦਰ ਜੋ ਆਪਣੀ ਨਦਰ ਉਸ ਪਾਸੇ ਕਰਨਾ ਚਾਹੁੰਦੇ ਹਨ ਫੋਰ ਐਗਜ਼ਾਮਪਲ ਤੁਹਾਡੇ ਇੱਥੇ ਕਿਹੜੀ ਆਈਸਕ੍ਰੀਮ ਮਸ਼ਹੂਰ ਹੈ ਸੇ ਐਨੀ ਨੇਮ ਬਾਸਕਿਨ ਰੌਬਿਨਸ ਓਕੇ ਤੁਸੀਂ ਬਾਸਕਿਨ ਰੌਬ ਬੀ ਆਰ ਬੋਲਣ ਬੀ ਆਰ ਦੀ ਆਈਸਕ੍ਰੀਮ ਖਾਣਾ ਚਾਹੁੰਦੇ ਹੋ ਸਪੋਜ਼ ਬੀ ਆਰ ਦੀ ਆਈਸਕ੍ਰੀਮ ਦੀ ਦਾ ਸਟੋਰ ਨੌਰਥ ਸਾਈਡ ਹੈ ਯੂ ਆਰ ਹੀਅਰ ਯੂ ਵਿਲ ਡਰਾਈਵ ਯੂਅਰ ਕਾਰ ਟੂਵਰਡ ਸਾਊਥ ਸਾਈਡ ਔਰ ਨੌਰਥ ਸਾਊਥ ਸੇ ਲਾਊਡਲੀ ਤੁਸੀਂ ਆਪਣੀ ਕਾਰ ਦਾ ਮੂੰਹ ਨੌਰਥ ਸਾਈਡ ਕਰੋਗੇ ਤੁਹਾਡਾ ਮੂੰਹ ਵੀ ਉਸ ਪਾਸੇ ਹੀ ਹੋ ਜਾਏਗਾ ਪਰ ਜੇ ਤੁਸੀਂ ਪਿੱਠ ਉਸ ਪਾਸੇ ਕਰਦੇ ਹੋ ਯੂ ਆਰ ਗੋਇੰਗ ਇਨ ਆਪੋਜ਼ਿਟ ਡਾਇਰੈਕਸ਼ਨ ਯੂ ਵੋਂਟ ਗੈਟ ਦਾ ਬੀ ਆਰ ਆਈਸਕ੍ਰੀਮ ਇਹਦਾ ਮਤਲਬ ਜੋ ਤੁਸੀਂ ਚਾਹੁੰਦੇ ਹੋ ਤੁਹਾਨੂੰ ਆਪਣਾ ਮੂੰਹ ਉਸ ਪਾਸੇ ਕਰਨਾ ਪਏਗਾ ਮੱਥਾ ਉਸ ਪਾਸੇ ਕਰਨਾ ਪਏਗਾ ਅੱਖਾਂ ਉਸ ਪਾਸੇ ਕਰਨੀਆਂ ਪੈਣਗੀਆਂ ਕਰਨੀਆਂ ਹੀ ਨਹੀਂ ਪੈਣਗੀਆਂ ਯੂ ਹੈਵ ਟੂ ਮੂਵ ਟੂਵਰਡਸ ਦੈਟ ਡਾਇਰੈਕਸ਼ਨ ਇਹਦਾ ਮਤਲਬ ਜੋ ਇਨਸਾਨ ਸਤਿਗੁਰ ਦੀ ਕਿਰਪਾ ਮੰਗਦਾ ਹੈ ਉਹਨੂੰ ਉਸ ਪਾਸੇ ਮੂੰਹ ਕਰਨਾ ਪਏਗਾ ਆਪਣਾ ਥੋਟ ਦਾ ਪ੍ਰੋਸੈਸ ਮੀਨਸ ਆਪਣਾ ਪੈਰਾਡਿਮ ਸ਼ਿਫਟ ਕਰਕੇ ਉਸ ਪਾਸੇ ਕਰਨੀ ਪਏਗੀ ਟੂਵਰਡਸ ਗੁਰੂ
ਗੁਰੂ ਜਿਸ ਤਰ੍ਹਾਂ ਸੋਚਦਾ ਹੈ, ਗੁਰੂ ਕਹਿੰਦਾ ਬੈਡ ਕੁਆਲਿਟੀਜ਼ ਨਾਲ ਨਾ ਜੀਵਿਆ ਕਰ, ਗੋਡਲੀ ਕੁਆਲਿਟੀਜ਼ ਨਾਲ ਜੀਵਿਆ ਕਰ। ਮੈਨੂੰ ਬੈਡ ਕੁਆਲਿਟੀਜ਼ ਕਲੈਕਟ ਕਰਨ ਦਾ ਸ਼ੌਂਕ ਸੀ ਬਚਪਨ ਤੋਂ। ਇਫ ਆਈ ਵਾਂਟ ਨਾਨਕ ਭਗਤਾਂ ਸਦਾ ਵਿਕਾਸ, ਆਈ ਹੈਵ ਟੂ ਫੋਲੋ ਦ ਪੈਰਾਡਿਗਮ ਆਫ ਗੁਰੂ। ਇਹਦਾ ਮਤਲਬ ਜਿਸ ਨੂੰ ਨਦਰ ਕਰੇ ਦਾ ਮਤਲਬ ਹੈ ਜੋ ਆਪਣੇ ਪੈਰਾਡਿਗਮ ਨੂੰ ਗੁਰੂ ਦੇ ਅਕੋਰਡਿੰਗ ਕਰਦਾ ਹੈ, ਡੀਅਰ ਆਈਸਕ੍ਰੀਮ ਦੇ ਸਟੋਰ ਵੱਲ ਕਰਦਾ ਹੈ। ਦੈਟ ਮੀਨਸ ਵੀ ਹੈਵ ਟੂ ਪ੍ਰਿਪੇਅਰ ਆਵਰ ਸੈਲਫ ਐਜ਼ ਪਰ ਗੁਰੂਜ਼ ਥੋਟ ਪ੍ਰੋਸੈਸ। ਅਸੀਂ ਉਹਦੀ ਨਦਰ ਦੇ ਮੁਤਾਬਕ ਆਪਣੀ ਨਦਰ ਪੁੱਠੀ ਤੋਂ ਸਿੱਧੀ ਕਰਨੀ ਹੈ। ਵਟ ਵੀ ਗੈਟ ਇਨ ਰਿਟਰਨ? ਸੰਤੋਖ। ਵਟ ਵੀ ਗੈਟ ਇਨ ਰਿਟਰਨ? ਹੈਪੀਨੈਸ। ਅਨਹੈਪੀ ਮੀਨਸ ਕ੍ਰਿਸ਼ਨਾ। ਕੋਈ ਦੁਨੀਆ ਦਾ ਬੰਦਾ ਕਹਿ ਸਕਦਾ ਜੇ ਮੈਂ ਤੁਹਾਡੇ ਲੈਕਚਰ ਨਾਲ ਡਿਸਐਗਰੀ ਕਰਦਾ, ਕਰ ਸਕਦਾ। ਆਮ ਨਾਟ ਕੋਈ ਬਾਬਾ ਜੀ, ਗੁਰੂ ਜੀ, ਕੋਈ ਪੀਰ ਫਕੀਰ, ਸੰਤ ਬਾਬਾ ਜੀ ਤਾਂ ਅਸੀਂ ਹੈ ਨਹੀਂ, ਜਸਟ ਕਾਮਨ ਮੈਨ ਲਾਈਕ ਯੂ। ਬਟ ਹੂ ਸੋ ਐਵਰ ਇਜ਼ ਗਿਵਿੰਗ ਦ ਪਿੱਠ ਦ ਬੈਕ, ਜੋ ਸੱਚ ਨੂੰ ਇਗਨੋਰ ਕਰ ਰਿਹਾ ਹੈ, ਉਹ ਆਪਣੇ ਆਪ ਨੂੰ ਸਕਸੈਸਫੁਲ ਸਮਝ ਸਕਦਾ ਹੈ, ਲੇਬਰ ਨੂੰ ਗਾਲਾਂ ਕੱਢ ਕੇ ਕਰੋੜਾਂ ਡਾਲਰ ਕਮਾ ਸਕਦਾ ਹੈ, ਪਰ ਉਹਨੇ ਹੈਪੀਨੈਸ ਨੂੰ ਪਿੱਠ ਕਰ ਦਿੱਤੀ, ਤ੍ਰਿਸ਼ਨਾ ਵੱਲ ਮੂੰਹ ਕਰ ਲਿਆ ਔਰ ਸੰਤੋਖ ਵੱਲ ਪਿੱਠ ਕਰ ਲਈ। ਵੈਰੀ ਸਿੰਪਲ ਕੈਲਕੂਲੇਸ਼ਨ। ਆਈ ਟਰਾਈਡ ਮਾਈ ਬੈਸਟ ਸਪੋਂਟੇਨੀਅਸਲੀ ਟੂ ਪੁੱਟ ਅਪ ਦਾ ਇਕੁਏਸ਼ਨ ਇਨ ਵੈਰੀ ਸਿੰਪਲ ਮੈਨਰ। ਗੁਰਪ੍ਰਸਾਦ ਦੀ ਗੁਣ ਪਾਈਨ ਜਿਸ ਨੂੰ ਨਦਰ ਕਰੇ। ਮੈਨੂੰ ਹੁਕਮ ਹੋਇਆ ਸੀ 15-20 ਮਿੰਟ ਬੋਲਣਾ, ਮੈਂ ਸਪੋਂਟੇਨੀਅਸ ਇੱਕ ਥੋਟ ਪ੍ਰੋਸੈਸ 'ਚ ਵਗ ਗਿਆ। ਮੇਰਾ 35 ਮਿੰਟ ਹੋ ਗਏ, ਮੈਂ ਖੇਮਾ ਚਾਹੁੰਦਾ। ਇੱਥੇ ਮੈਂ ਕੰਕਲੂਡ ਕਰਨ ਤੋਂ ਪਹਿਲਾਂ ਤੁਹਾਨੂੰ ਰਿਕੁਐਸਟ ਕਰਦਾ ਕਿ ਤੁਸੀਂ ਕੁਐਸਚਨਸ ਕਰ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਖਾਲਸਾ ਵਾਹਿਗੁਰੂ ਜੀ ਫਤਿਹ। ਮੇਰਾ ਹੋ ਸਕਦਾ ਥੋੜ੍ਹਾ ਕੰਟਰੋਵਰਸ਼ੀਅਲ ਕੁਐਸਚਨ ਹੋਵੇ, ਬਟ ਅੱਜ ਕੱਲ੍ਹ ਦੇ ਸੁਸਾਇਟੀ ਦੇ ਹਿਸਾਬ ਨਾਲ ਮੈਂ ਇੱਕ ਓਪਨ ਕੁਐਸਚਨ ਪੁੱਛ ਰਹੀ ਹਾਂ। ਮੇਰੇ ਮਨ 'ਚ ਇੱਕ ਵਾਰ ਇਹ ਵੀ ਖਿਆਲ ਆਇਆ ਕਿ ਬਈ ਬੱਚੇ ਨੇ ਨਾ ਵੀ ਪੁੱਛਾਂ, ਬਟ ਈਵਨ ਦੇ ਹੈਵ ਟੂ ਫੇਸ ਦਿਸ ਇਨ ਲਾਈਫ, ਕਿ ਬਈ ਅੱਜ ਕੱਲ੍ਹ ਜਿਸ ਤਰ੍ਹਾਂ ਸੁਸਾਇਟੀ ਚਾਹਤਾ ਕਿ ਤੁਸੀਂ ਬੜਾ ਅੱਛਾ ਦੱਸਿਆ ਵੀ ਮੀਆਂ ਬੀਵੀ 'ਚ ਨਹੀਂ ਬਣਦੀ ਹੈਗੀ, ਮੈਨੀ ਪੀਪਲ ਆਰ ਰਨਿੰਗ ਫੋਰ ਡਿਵੋਰਸਿਸ, ਅਤੇ ਇਹ ਵਾਲੀ ਬੱਚਿਆਂ ਦੀ ਸੋਚ ਜਿਹੜੀ ਹੈ ਗੁਰਬਾਣੀ ਅਨੁਸਾਰ, ਠੀਕ ਹੈ ਗੁਰਬਾਣੀ ਸਾਨੂੰ ਇਹ ਤਾਂ ਕਹਿ ਰਹੀ ਹੈ ਕਿ ਬਈ ਹੁਣ ਜੇ ਕੋਈ ਪੈ ਹੀ ਗਿਆ, ਇੰਨਾ ਬੁਰਾ ਹਾਲ ਹੋ ਗਿਆ, ਅਤੇ ਵਟ ਸ਼ੁੱਡ ਬੀ ਦੇਅਰ ਸਟੈਂਡ ਟੂਵਰਡਸ ਦਿਸ। ਤੁਸੀਂ ਆਪਣਾ ਨਾਮ ਬੋਲ ਕੇ ਕੁਐਸਚਨ ਨੂੰ ਇੱਕ ਸੈਂਟੈਂਸ ਦੀ ਫੋਰਮ ਵਿੱਚ ਕਾਈਂਡਲੀ ਟੈਲ ਮੀ ਯੋਰ ਨੇਮ। ਮੇਰਾ ਨਾਮ ਚਰਨਦੀਪ ਹੈਗਾ, ਅਤੇ ਮਾਈ ਕੁਐਸਚਨ ਇਜ਼ ਦੈਟ ਅਕੋਰਡਿੰਗ ਟੂ ਗੁਰਬਾਣੀ, ਵੈਨ ਦੇਰ ਇਜ਼ ਅ ਕਪਲ ਫੀਲਿੰਗ ਇਨਕੰਪੈਟੇਬਲ, ਵਟ ਇਜ਼ ਦ ਟੇਕ ਆਫ ਗੁਰਬਾਣੀ ਔਨ ਦੈਟ? ਚਰਨਦੀਪ ਜੀ, ਚਰਨਪ੍ਰੀਤ ਚਰਨਦੀਪ ਕੌਰ ਜੀ, ਤੁਹਾਡਾ ਕੁਐਸਚਨ ਬਹੁਤ ਅੱਛਾ ਔਰ ਹਰ ਘਰ ਦੀ ਪ੍ਰੋਬਲਮ ਹੈ। ਗੁਰਬਾਣੀ ਨੇ ਸਾਨੂੰ ਕਿੱਥੇ ਨਹੀਂ ਕਿਹਾ ਕਿ ਐਟ ਰੈਂਡਮ ਐਵੇਂ ਇੱਕ ਮੁੰਡਾ ਕੁੜੀ ਚੁੱਕ ਕੇ ਇੱਕ ਕ੍ਰਾਈਟੇਰੀਆ ਬਣਾ ਲਓ, ਇਹ ਲੜਕਾ ਅੱਛਾ ਹੈ, ਮਾਂ ਬਾਪ ਦਾ ਇਕਲੌਤਾ ਬੇਟਾ ਹੈ ਔਰ ਪ੍ਰੋਪਰਟੀ ਬੜੀ ਸਾਰੀ ਹੈ, ਬੇਟੀ ਇੱਥੇ ਵਿਆਹ ਦਿਓ, ਇਨਕੰਪੈਟੀਬਲ ਤਾਂ ਹੋਏਗਾ ਹੀ ਹੋਏਗਾ। ਮੁੰਡੇ ਵਾਲਿਆਂ ਨੇ ਕਿਹਾ ਸਾਡੀ ਜਾਤ ਬਰਾਦਰੀ ਦੀ ਹੈ, ਇੱਕੋ ਇੱਕ ਬੇਟੀ ਹੈ, ਬੜਾ ਸਾਰਾ ਦਾਜ ਮਿਲੇਗਾ, ਵਿਆਹ ਦਿਓ। ਹੁਣ ਤੱਕ ਮੈਰਿਜਿਸ ਇਸ ਕ੍ਰਾਈਟੇਰੀਆ ਨਾਲ ਹੋਈਆਂ ਨੇ, ਵਿਚੋਲੇ ਨੇ ਦੋਨੋਂ ਪਾਸੇ ਦੇ ਫਲੋਸ ਨੂੰ ਛੁਪਾ ਲਿਆ ਔਰ ਮੈਰਿਜ ਕਰਾ ਦਿੱਤੀ। ਅਨੰਦ ਕਾਰਜ ਮੀਨਸ ਯੂ ਆਰ ਲੁਕਿੰਗ ਫੋਰ ਦਾ ਰੀਅਲ ਹਿਊਮਨ ਬੀਂਗ, ਪੀਪਲ ਲੁੱਕ ਫੋਰ ਦਾ ਬਾਡੀ, ਲੁੱਕ ਫੋਰ ਦਾ ਆਊਟਰ ਜੈਸਚਰਸ, ਲੁੱਕ ਫੋਰ ਦਾ ਮੈਂ ਫੱਟੀ ਜੀਨ ਪਾਉਂਦੀ ਹਾਂ, ਮੁੰਡਾ ਵੀ ਫੱਟੀ ਜੀਨ ਪਾਉਂਦਾ ਹੈ, ਮੈਨੂੰ ਮੋਟਰਸਾਈਕਲ 'ਤੇ ਘੁੰਮਣਾ ਅੱਛਾ ਲੱਗਦਾ ਹੈ, ਮੁੰਡਾ ਮੋਟਰਸਾਈਕਲ ਚਲਾਉਂਦਾ ਹੈ। ਇਹ ਕ੍ਰਾਈਟੇਰੀਆ ਦੇ ਨਾਲ ਜਿਹੜੇ ਵਿਆਹ ਹੁੰਦੇ ਨੇ ਉਹ ਆਨੰਦ ਕਾਰਜ ਨਹੀਂ ਹੁੰਦੇ। ਗੁਰਮਤ ਅਨੁਸਾਰ ਜਦੋਂ ਅਸੀਂ ਕੰਪੈਟੀਬਲ ਮੈਚ ਮੀਨਸ ਰੀਅਲ ਹਿਊਮਨ ਬੀਂਗ ਲੱਭਾਂਗੇ, ਅਸੀਂ ਪੜ੍ਹਾਈ, ਡਿਗਰੀ, ਏਜ, ਇਹ ਸਭ ਚੀਜ਼ਾਂ, ਉਹਦਾ ਫਾਈਨੈਂਸ਼ੀਅਲ ਸਟੇਟਸ, ਉਹਦੀ ਜ਼ਾਤ ਪਾਤ ਹੈ ਨਹੀਂ ਦੇਖਾਂਗੇ, ਅਸੀਂ ਗੁੱਡ ਕੁਆਲਿਟੀ, ਸੋ ਆਪੇ ਉਹ ਡਿਵੋਰਸ ਦਾ ਕੰਮ ਖਤਮ ਹੋ ਜਾਏਗਾ। ਜੇ ਅਸੀਂ ਆਨੰਦ ਕਾਰਜ ਕਰਾਇਆ ਤਾਂ ਸਾਡਾ ਘਰ ਆਨੰਦ ਬਣੇਗਾ, ਇਹ ਹਾਈਪੋਥੀਸਿਸ ਨਹੀਂ ਹੈ, ਦਿਸ ਇਜ਼ ਫੈਕਟ। ਕਿਉਂ? ਸਾਡੀ ਪੁਸਤਕ ਹੈ ਦਿਲ ਨੂੰ ਦਿਲਾਂ ਦੀ ਰਾਹ, ਜੇ ਉਸ ਜਿਤਨੀਆਂ ਅਸੀਂ ਲਿਆਇਆ ਉਹ ਖਤਮ ਹੋ ਗਈਆਂ, ਤਾਂ ਤੁਸੀਂ ਲਿਖਾ ਸਕਦੇ ਹੋ, ਅਸੀਂ ਤੁਹਾਨੂੰ ਪਾਰਸਲ ਕਰਾ ਦੇਣਗੇ। ਕਾਫੀ ਸਾਰਾ ਸਮਾਨ ਸਾਡਾ ਕਸਟਮ ਵਿੱਚ ਅਟਕਿਆ ਹੋਇਆ, ਅਵਤਾਰ ਵੀਰ ਜੀ ਕੱਲ੍ਹ ਛੁੜਾਉਣਗੇ, ਤੁਸੀਂ ਨਾਂ ਲਿਖਾ ਦੇਣਾ ਤੁਹਾਨੂੰ ਦਿਆਂਗੇ। ਉਹਦੇ ਵਿੱਚ ਅਸੀਂ ਚਾਰ ਲਾਵਾਂ ਬੇਸਡ ਫੈਮਿਲੀ ਲਾਈਫ ਸਮਝਣ ਦਾ ਯਤਨ ਕੀਤਾ, ਹਾਊ ਟੂ ਲਿਵ ਚਾਰ ਲਾਵਾਂ ਬੇਸਡ ਲਾਈਫ। ਸੋ ਪਹਿਲੀ ਲਾਂ ਵਿੱਚ ਕਹਿ ਰਹੇ ਨੇ ਐਡਜਸਟ ਡੋਂਟ ਪ੍ਰੋਟੈਸਟ, ਦੂਜੀ ਲਾਂ ਵਿੱਚ ਕਹਿ ਰਹੇ ਨੇ ਡੋਂਟ ਬ੍ਰੇਕ ਵਾਲ ਆਫ ਰਿਸਪੈਕਟ। ਜਦੋਂ ਕੋਈ ਵੀ ਦੋਵਾਂ 'ਚੋਂ ਇੱਕ ਵਾਲ ਆਫ ਰਿਸਪੈਕਟ ਤੋੜ ਦਿੰਦਾ ਹੈ, ਦੂਜਾ ਭਾਵੇਂ ਉਹਦੇ ਸਾਹਮਣੇ ਨਹੀਂ ਬੋਲਦਾ ਹੈ ਪਰ ਅੰਦਰੋਂ ਉਸਦਾ ਸਤਿਕਾਰ ਖਤਮ ਹੋ ਜਾਂਦਾ ਹੈ। ਸੋ ਸੈਕਿੰਡ ਲਾਮ ਸੇਜ ਡੋਂਟ ਬ੍ਰੇਕ ਵਾਲ ਆਫ ਰਿਸਪੈਕਟ, ਥਰਡ ਲਾਮ ਸੇਜ ਬੋਥ ਲੁਕਿੰਗ ਇਨ ਵਨ ਡਾਇਰੈਕਸ਼ਨ। ਵਨ ਡਾਇਰੈਕਸ਼ਨ ਇਹ ਵੀ ਹੁੰਦਾ, ਪਤਨੀ ਕਹਿ ਰਹੀ ਹੈ ਅਗਰ ਆਪਕਾ ਸ਼ਰਾਬ ਪੀਨੇ ਕਾ ਦਿਲ ਹੈ ਤੋ ਮੈਂ ਵੀ ਆਪਕੇ ਸਾਥ ਪੀਆ ਕਰੂੰਗੀ, ਅਗਰ ਆਪਕਾ ਪਬ ਮੇ ਜਾਂ ਡਾਂਸ ਮੇ ਜਾਣੇ ਕਾ ਦਿਲ ਹੈ ਤੋ ਮੈਂ ਵੀ ਜਾਊਂਗੀ। ਇਹਨੂੰ ਨਹੀਂ ਕਹਿੰਦੇ ਨੇ ਬਹੁਤ ਲੁਕਿੰਗ ਇਨ ਵਨ ਡਾਇਰੈਕਸ਼ਨ, ਬਹੁਤ ਲੁਕਿੰਗ ਇਨ ਵਨ ਡਾਇਰੈਕਸ਼ਨ
टू प्रैक्टिस द स्पिरिचुअलिटी. ਕਾਨੂੰ ਡਿਵਾਈਨ ਹੋਮ ਬਣਾਉਣ ਵਾਸਤੇ, ਹਾਊਸ ਬਣਾਉਣ ਵਾਸਤੇ ਨਹੀਂ, ਹੋਮ ਘਰ ਨੂੰ ਚੰਗੇ ਗੁਣਾਂ ਦਾ ਐਗਜ਼ਾਮਪਲ ਸੈੱਟ ਕਰਨ ਵਾਸਤੇ. ਬੋਥ ਲੁਕਿੰਗ ਇਨ ਵਨ ਡਾਇਰੈਕਸ਼ਨ. ਫੋਰਥ ਲਾਅ, ਡੋਂਟ ਸਪੈਂਡ ਮੋਰ ਦੈਨ ਯੂਅਰ ਅਰਨਿੰਗਸ. ਉਹਨੂੰ ਸੰਤੋਖ ਕਹਿੰਦੇ ਨੇ, ਕੰਟੈਂਟਮੈਂਟ ਕਹਿੰਦੇ ਨੇ. ਇਹਦੇ ਨਾਲ ਉਹਨਾਂ ਦੀ ਕੰਪੈਟੀਬਿਲਿਟੀ ਰਹਿੰਦੀ ਹੈ. ਲੇਕਿਨ ਜੇ ਪਤੀ ਗੱਲ ਗੱਲ 'ਤੇ ਗੱਲਾਂ ਕੱਢਦਾ ਹੈ ਜਾਂ ਪਤਨੀ ਮਿਸਬਿਹੇਵ ਕਰਦੀ ਹੈ, ਦੋ ਵਾਈਸ ਵਰਸ, ਦੋਵਾਂ 'ਚੋਂ ਇਹ ਇਨਕੰਪੈਟੀਬਿਲਿਟੀ ਇਹ ਪਹਿਲਾਂ ਚੈੱਕ ਕਰਨੀ ਚਾਹੀਦੀ ਸੀ. ਕ੍ਰਾਈਟੇਰੀਆ ਵਾਜ ਰੋਂਗ. ਹੁਣ ਜੇ ਫਸ ਗਿਆ ਉਹਨੂੰ ਜੇਲ੍ਹ ਖਾਨਾ ਬਣ ਗਿਆ. ਹੁਣ ਇਸ ਜੇਲ੍ਹ ਖਾਨੇ ਨੂੰ ਕਨਵੈਨਸ਼ਨਲ ਮੈਰਿਜ ਇੰਸਟੀਟਿਊਸ਼ਨ ਦੇ ਅੰਦਰ ਪਾਲਦੇ ਰਹਿਣਾ ਇੰਡੀਵਿਜੁਅਲ ਦੀ ਮਰਜ਼ੀ ਹੈ. ਆਈ ਕੈਨ ਨੋਟ ਸੇ ਦੇ ਸ਼ੁੱਡ ਟੇਕ ਦੈਟ ਡਿਵੋਰਸ, ਇਟ ਇਜ਼ ਦੇਅਰ ਚੋਇਸ ਨਾਓ. ਪਰ ਵੀ ਆਰ ਮਿਸਟੇਕਨ ਸਮਵੇਅਰ ਵਾਈਲ ਚੂਜ਼ਿੰਗ ਦ ਸਪਾਊਸ, ਦ ਕ੍ਰਾਈਟੇਰੀਆ ਵਾਜ਼ ਰੋਂਗ. ਡਿਡ ਆਈ ਆਨਸਰ ਦ ਕੁਸ਼ਚਨ? ਥੈਂਕ ਯੂ ਵੀਰ ਜੀ. ਮੇਰਾ ਦੂਸਰਾ ਕੁਸ਼ਚਨ ਇਹ ਹੈਗਾ ਕਿ ਇਹ ਜੀਵਨ ਵਿੱਚ ਰੱਬ ਦੀ ਪ੍ਰਾਪਤੀ ਅਸੀਂ ਕਿਹਨੂੰ ਮੰਨੀਏ? ਇਫ ਆਈ ਐਮ ਹੈਪੀ ਆਈ ਮੈਟ ਦ ਗੋਡ, ਇਫ ਆਈ ਐਮ ਅਨਹੈਪੀ ਆਈ ਐਮ ਅਵੇ ਫਰੋਮ ਦ ਡਿਪਾਰਟਿਡ ਫਰੋਮ ਦ ਗੋਡ. ਗੋਡ ਇਜ਼ ਵਿਦ ਇਨ ਮੀ. ਇਫ ਆਈ ਮੈਟ ਮਾਈਸੈਲਫ, ਦੈਟ ਇਜ਼ ਆਈ ਮੈਟ ਗੋਡ. ਮਨ ਤੂੰ ਜੋ ਸਰੂਪ ਹੈ, ਆਪਣਾ ਮੂਲ ਪਛਾਣ. ਮੂਲ ਪਛਾਣਿਆ, ਮੈਂ ਆਪਣੇ ਆਪ ਨੂੰ ਪਛਾਣਿਆ. ਆਮ ਤੌਰ 'ਤੇ ਤਾਂ ਅਸੀਂ ਆਪਣੀ ਵਾਈਫ ਨੂੰ ਕਹਿੰਦੇ ਨੇ, ਜਾ ਜਾ ਮੈਂ ਤੈਨੂੰ ਜਾਣਦਾ, ਤੇਰੇ ਮਾਂ ਪਿਓ ਨੂੰ ਜਾਣਦਾ, ਤੇਰੇ ਭਰਾ ਨੂੰ ਜਾਣਦਾ. ਉਹ ਕਹਿੰਦੇ ਜਾਓ ਜਾਓ ਤੁਹਾਰੇ ਮੰਮੀ ਪਾਪਾ ਕੋਲ ਮੈਂ ਜਾਣਦੀ ਹਾਂ. ਇੱਕ ਦੂਜੇ ਨੂੰ ਜਾਣਦੇ ਆ, ਆਪਣੇ ਆਪ ਨੂੰ ਨਹੀਂ ਜਾਣਦੇ. ਮਨ ਤੂੰ ਜੋ ਸਰੂਪ ਹੈ, ਆਪਣਾ ਮੂਲ ਪਛਾਣ. ਮਨ ਹਰਜੀ ਤੇਰੇ ਨਾਲ ਹੈ, ਦੇਰ ਇਜ਼ ਗੋਡ ਵਿਦ ਇਨ ਯੂ. ਮਨ ਹਰਜੀ ਤੇਰੇ ਨਾਲ ਹੈ, ਗੁਰਮਤੀ ਰੰਗਵਾਣ. ਤੂੰ ਆਪਣੇ ਅੰਦਰ ਰੱਬ ਨੂੰ ਪਛਾਣਨ ਵਾਸਤੇ ਵਾਟ ਆਰ ਦ ਸਟੈਪਸ? ਇੰਟਰੋਸਪੈਕਸ਼ਨ. ਓਕੇ, ਫੋਰ ਐਗਜ਼ਾਮਪਲ, ਇੰਟਰੋਸਪੈਕਸ਼ਨ ਕਿੰਝ ਹੁੰਦੀ ਹੈ? ਮੈਂ ਇੱਕ ਐਗਜ਼ਾਮਪਲ ਬਣਾਉਂਦਾ ਕਿ ਬੱਚਾ ਦੁੱਧ ਨਹੀਂ ਪੀ ਰਿਹਾ, ਮੈਨੂੰ ਉਸਕੋ ਪਿਆਰ ਸੇ ਪਿਲਾ ਲਿਆ. ਸੈਕਿੰਡ ਟਾਈਮ ਵੋ ਪਿਆਰ ਸੇ ਨਹੀਂ ਮਾਨਨਾ, ਮੈਨੇ ਉਸਕੋ ਗਿਮਿਕ ਦੀਆ, ਚੋਕਲੇਟ ਲੈ ਦੂੰਗੀ, ਬਾਹਰ ਘੁੰਮਾ ਲਊਂਗੀ, ਯੇ ਹੈ ਵੋ ਹੈ, ਜੋ ਵੀ ਉਹਦੀਆਂ ਚੋਇਸਿਸ ਹੁੰਦੀਆਂ. ਬੱਚਾ ਮੰਨ ਗਿਆ. ਥਰਡ ਟਾਈਮ ਉਹਦੇ 'ਤੇ ਵੀ ਨਹੀਂ ਮੰਨਿਆ, ਨਹੀਂ ਮੰਮੀ ਆਪ ਬਾਰ ਬਾਰ ਚੋਕਲੇਟ ਕੀ ਬਾਤ ਕਰਤੋ, ਮੁਝੇ ਨਹੀਂ ਚੋਕਲੇਟ ਚਾਹੀਦੀ. ਥਰਡ ਟਾਈਮ ਮੈਂ ਗੁੱਸਾ ਕੀਤਾ, ਦੁੱਧ ਪਿਲਾ ਲਿਆ. ਉਸ ਤੋਂ ਬਾਅਦ ਮੈਂ ਬੜਾ ਕੁਝ ਕੀਤਾ. ਉਹ ਅਲਟੀਮੇਟਲੀ ਦੁੱਧ ਤਾਂ ਹੀ ਪੀਂਦਾ, ਰੋਟੀ ਤਾਂ ਹੀ ਖਾਂਦਾ, ਸਕੂ ਹੋਮਵਰਕ ਤਾਂ ਹੀ ਕਰਦਾ, ਵਕਤ ਸਿਰ ਸੌਂਦਾ ਤਾਂ ਹੀ ਹੈ, ਨਹਾਉਂਦਾ ਤਾਂ ਹੀ ਹੈ, ਟੀਵੀ ਛੱਡਦਾ ਤਾਂ ਹੀ ਹੈ. ਜਦੋਂ ਮੈਂ ਗੁੱਸਾ ਕਰਦੀ ਹਾਂ, ਨਾਓ ਇੰਟਰੋਸਪੈਕਸ਼ਨ ਸਟਾਰਟਸ ਹੀਅਰ, ਮੈਂ ਇੰਝ ਕਦੋਂ ਤੱਕ ਕਰਨਾ ਹੈ? ਦੁੱਧ ਪਿਲਾ ਲਿਆ ਮੈਂ, ਮੌਕਾ ਕੱਢ ਲਿਆ. ਹੋਮਵਰਕ ਕਰਾ ਲਿਆ ਮੈਂ, ਮੌਕਾ ਕੱਢ ਲਿਆ. ਇੰਝ ਕਦੋਂ ਤੱਕ ਕਰਨਾ? ਉਹ ਦੀ ਰੀਅਲ ਕ੍ਰੀਏਟਿਵਿਟੀ ਆਫ ਦ ਮਦਰਹੁੱਡ ਵੀਲਸ ਦੀ ਸਟਾਰਟਿਡ. ਕਿ ਮੈਨੂੰ ਦੁੱਧ ਪਿਲਾ ਪਿਲਾ ਕੇ, ਹੋਮਵਰਕ ਕਰਾ ਕਰਾ ਕੇ ਮੈਨੂੰ ਇੱਕ ਮਕੈਨੀਕਲ ਮਸ਼ੀਨ ਬਣਾ ਦਿਆਂਗੀ, ਬੈਠ ਜਾਓ, ਖੜ੍ਹੇ ਹੋ ਜਾਓ, ਆਰਮੀ ਲਾਅ ਚਲਾ ਦਿਆਂਗੀ. ਲੇਕਿਨ ਇਹਦਾ ਮੇਰਾ ਡਿਸਟੈਂਸ ਵੱਧਦਾ ਜਾਏਗਾ. ਹੁਣ ਮੈਂ ਡਿਸਟੈਂਸ ਨਹੀਂ ਵਧਾਉਣਾ, ਹੁਣ ਮੈਂ ਹਾਰਮ ਨਹੀਂ ਕਰਨੀ ਹੈ. ਤੁਹਾਡਾ ਮਤਲਬ ਹੈ ਕਿ ਬਈ ਡੇ ਟੂ ਡੇ ਰੂਟੀਨ ਵਿੱਚ ਹਰ ਚੀਜ਼ ਵਿੱਚ, ਮਤਲਬ ਜੀਵਨ 'ਤੇ ਅਸੀਂ ਜੀਣਾ ਹੀ ਹੈ, ਸਾਰੀ ਡਿਊਟੀਆਂ ਵੀ ਪੂਰੀਆਂ ਕਰਨੀਆਂ, ਇਹਨੂੰ
गुरमत अनुसार वी ट्राई टू सहज स्वभाव विच सारे काम कर दैट इज व्हाट ग्रेट आई थिंक वेरी नाइस आई रियली अप्रिशिएट थैंक यू सो मच थैंक्स फॉर शेयरिंग Next. ਵੀਰ ਜੀ ਮੇਰਾ ਨਾਮ ਦਿਲਜੋਤ ਸਿੰਘ ਹੈ ਤੁਸੀਂ ਇੱਕ ਐਗਜ਼ਾਮਪਲ ਤੁਹਾਡੇ ਕੋਲੋਂ ਕਾਫੀ ਵਾਰੀ ਸੁਣ ਚੁੱਕਾ ਖਾਸ ਕਰਕੇ ਬੱਚਿਆਂ ਨੂੰ ਲੈ ਕੇ ਕਿ ਆਪਾਂ ਡਾਂਟ ਕੇ ਉਹਨਾਂ ਨੂੰ ਕੰਮ ਨਹੀਂ ਕਰਾ ਸਕਦੇ ਦੂਜਾ ਐਗਜ਼ਾਮਪਲ ਵੀ ਤੁਸੀਂ ਬੜੀ ਫ੍ਰੀਕੁਐਂਟਲੀ ਕੋਟ ਕਰਦੇ ਹੋ ਐਜ਼ ਆ ਇੰਪਲੋਇਰ ਐਜ਼ ਅ ਬਿਜ਼ਨਸਮੈਨ ਆਪਾਂ ਆਪਣੇ ਇੰਪਲੋਈਜ਼ ਨੂੰ ਜਾਂ ਆਪਣੇ ਟੀਮਮੇਟਸ ਨੂੰ ਆਪਾਂ ਡਾਂਟ ਕੇ ਉਹਨਾਂ ਨੂੰ ਕੰਮ ਕਰਵਾਉਂਦੇ ਹਾਂ ਉਹ ਵੀ ਲੌਂਗ ਲਾਸਟਿੰਗ ਨਹੀਂ ਹੈਗਾ ਹੁਣ ਅਸੀਂ ਵੀ ਕੋਪਰੇਟ ਲੈਵਲ ਵਿਚਰਦੇ ਹਾਂ ਤਾਂ ਅਸੀਂ ਵੀ ਦੇਖਦੇ ਹਾਂ ਕੁਝ ਚੀਜ਼ਾਂ ਇੱਕ ਲੈਵਲ ਤੋਂ ਬਾਅਦ ਰਿਕੁਆਇਰਮੈਂਟ ਬਣ ਜਾਂਦੀਆਂ ਸੋ ਮੇਰਾ ਕੁਐਸਚਨ ਤੁਹਾਨੂੰ ਹੈ ਕਿ ਜੇ ਡਾਂਟਣਾ ਨਹੀਂ ਘਰ ਬੱਚੇ ਦੇ ਲੈਵਲ 'ਤੇ ਈਵਨ ਟੂ ਵਟ ਐਵਰ ਐਕਸਟੈਂਟ ਵੀ ਗੋ ਸੇਮ ਗੋਜ਼ ਫੋਰ ਇੰਪਲੋਈਜ਼ ਜਾਂ ਜਿਵੇਂ ਵੀ ਟੀਮ ਵਰਕਰਸ ਅਤੇ ਗੁਰਬਾਣੀ ਕੀ ਕਹਿੰਦੀ ਹੈ ਕਿ ਆਪਾਂ ਕਿਸੇ ਨੂੰ ਚੰਗੇ ਰਾਹ 'ਤੇ ਲੈ ਕੇ ਆਉਣ ਲਈ ਹਾਊ ਸ਼ੁੱਡ ਬੀ ਮੋਟੀਵੇਟ ਅਸੀਂ ਕਿਸ ਤਰ੍ਹਾਂ ਡਿਸਾਈਡ ਕਰਾਂਗੇ ਕਿ ਜੋ ਮੈਂ ਦੱਸ ਰਿਹਾ ਉਹ ਚੰਗਾ ਰਾਹ ਹੈ ਅਤੇ ਚੰਗੇ ਰਾਹ 'ਤੇ ਲਿਆਉਣ ਵਾਸਤੇ ਮੈਂ ਪਹਿਲਾਂ ਗਲਤ ਰਾਹ ਅਡੋਪਟ ਕਰਾਂ ਉਹਨੂੰ ਗੁੱਸਾ ਕਰਨ ਦਾ ਇਹ ਤਾਂ ਇੱਕ ਹੱਥ ਨਾਲ ਕਿਸੇ ਨੂੰ ਅੰਮ੍ਰਿਤ ਪਿਲਾ ਕੇ ਦੂਜੇ ਹੱਥ ਨਾਲ ਉਹਨੂੰ ਪੋਇਜ਼ਨ ਪਿਲਾਉਣਾ ਹੈ ਕਿ ਮੈਨੂੰ ਭੁਲੇਖਾ ਹੈ ਕਿ ਮੈਂ ਆਪਣੇ ਬੱਚੇ ਨੂੰ ਆਪਣੀ ਵੋਟੀ ਨੂੰ ਆਪਣੇ ਕਿਸੇ ਨੂੰ ਵੀ ਸਿੱਧੇ ਰਾਹ ਪਾਉਣਾ ਪਰ ਉਹ ਸਿੱਧੇ ਰਾਹ ਪਾਉਣ ਵਾਸਤੇ ਮੈਂ ਪਹਿਲਾਂ ਪੁੱਠੇ ਰਾਹ ਜਾਣਾ ਕਿ ਮੈਂ ਗੁੱਸਾ ਕਰਨਾ ਕਿਉਂਕਿ ਮੈਨੂੰ ਭੁਲੇਖਾ ਮੈਂ ਪਰਫੈਕਟ ਹਾਂ ਜੇ ਬਿਜ਼ਨਸ ਵਿੱਚ ਜਾਂ ਨੌਕਰੀ 'ਚ ਕਾਰਪੋਰੇਟ ਸੈਕਟਰ 'ਚ ਥੱਲੇ ਵਾਲਿਆਂ ਨੂੰ ਗੁੱਸਾ ਕਰਨਾ ਤਾਂ ਕਰ ਲਓ ਦਿਸ ਇਜ਼ ਇੰਡੀਵਿਜੁਅਲ ਚੋਇਸ ਵਨ ਕੈਨ ਮੇਕ ਮਨੀ ਵਨ ਕੈਨ ਬੀ ਗੁੱਡ ਇਨ ਦਾ ਹਾਇਰ ਅਥੋਰਿਟੀਜ਼ ਆਈਜ਼ ਆਫ ਹਾਇਰ ਅਥੋਰਿਟੀਜ਼ ਐਂਡ ਯੂ ਵਿਲ ਮੇਕ ਮਨੀ ਪਰ ਜਿਸ ਦਿਨ ਇਹ ਸਭ ਕੁਝ ਕਰਦੇ ਹੋਇਆ ਸੁਭਾਅ ਵਿਗੜ ਗਿਆ ਉਹ ਹੈ ਮਲਟੀਮਿਲੀਅਨ ਡਾਲਰਸ ਨਾਲ ਠੀਕ ਨਹੀਂ ਹੋਏਗਾ ਆਦਤ ਪੈ ਜਾਂਦੀ ਹੈ ਨਾ ਤੁਸੀਂ ਸਭ ਨੇ ਸੁਣਿਆ ਕਿ ਇੱਕ ਆਦਮੀ ਸ਼ਰਾਬ ਪੀਂਦਾ ਸੀ ਔਰ ਰੋਜ਼ ਸ਼ਰਾਬ ਪੀ ਕੇ ਆ ਜਾਏ ਪਤਨੀ ਉਸਨੂੰ ਰੋਜ਼ ਮਨਾ ਕਰੇ ਰੋਜ਼ ਬੜਾ ਕੁਝ ਕਵੇ ਉਹ ਟੀਟ ਰੋਜ਼ ਹਾਂ ਕਹਿ ਦਿੰਦਾ ਸੀ ਪਰ ਫਿਰ ਪੀ ਕੇ ਆ ਜਾਂਦਾ ਸੀ ਔਰ ਰੋਜ਼ ਅੰਦਰ ਉਹਦੇ ਘਰ ਵੜਦੇ ਵੜਨ ਸਾਰ ਗੱਲਾਂ ਕੱਢਣਾ ਸ਼ੁਰੂ ਕਰ ਦਿੰਦੇ ਸੀ ਉਹਦੀ ਮਾਂ ਨੂੰ ਬੁਰਾ ਭਲਾ ਤੇਰੀ ਮਾਂ ਨੇ ਤੈਨੂੰ ਸਿਖਾਇਆ ਨਹੀਂ ਮੇਰੇ ਕਰਮ ਸੜ ਗਏ ਨੇ ਤੇਰੇ ਨਾਲ ਵਿਆਹ ਹੋ ਗਿਆ ਤੂੰ ਸ਼ਰਾਬੀ ਆ ਤੂੰ ਯੇ ਔਰ ਵੋ ਬਹੁਤ ਕੁਛ ਬੋਲਦੀ ਸੀ ਇੱਕ ਦਿਨ ਹੀ ਐਂਟਰਡ ਐਂਡ ਹੀ ਵਾਜ਼ ਨੋਟ ਡਰੰਕ ਐਂਡ ਸ਼ੀ ਸਟਾਰਟਿਡ ਯੈਲਿੰਗ ਐਂਡ ਅਬਿਊਜ਼ਿੰਗ ਉਹ ਕਹਿੰਦਾ ਹੈ ਮੈਂ ਅੱਜ ਪੀ ਕੇ ਨਹੀਂ ਆਇਆ ਪਰ ਮੈਂ ਜਦੋਂ ਰੋਜ਼ ਰਾਤੀ ਪੀ ਕੇ ਆਉਂਦਾ ਸਵੇਰ ਤੱਕ ਮੇਰਾ ਨਸ਼ਾ ਉਤਰ ਜਾਂਦਾ ਹੈ ਨਾਓ ਯੂ ਥਿੰਕ ਕਿ ਯੈਲ ਕਰਨ ਦਾ ਗਾਲਾਂ ਕੱਢਣ ਦਾ 24 ਆਵਰਸ ਤੈਨੂੰ ਨਸ਼ਾ ਚੜਿਆ ਰਹਿੰਦਾ ਹਾਓ ਯੂ ਵਿਲ ਗੈਟ ਰਿਡ ਆਫ ਦਿਸ ਦੈਟ ਇਜ਼ ਮੀਨੀਆ ਸਾਨੂੰ ਹਰ ਕਿਸੇ ਨੂੰ ਨਾ ਕਿਸੇ ਗੱਲ ਦਾ ਨਸ਼ਾ ਹੈ ਮੈਨੂੰ ਇਹ ਨਸ਼ਾ ਮੈਂ ਰਾਈਟ ਹਾਂ ਮੈਂ ਹਰ ਵੇਲੇ ਕਰੈਕਟ ਹੀ ਹਾਂ ਔਰ ਮੈਂ ਇਸ ਨੂੰ ਬੜਾ ਗਰੇਸਫੁਲੀ ਸੁਣਿਆ ਔਰ ਐਕਸੈਪਟ ਕੀਤਾ ਵਨ ਡੇ ਮਾਈ ਵਾਈਫ ਸੈਡ ਤੁਸੀਂ ਵੀ ਲੈਕਚਰ ਕਰਦੇ ਹੋ ਨਾ ਦੈਟ ਡਜ਼ ਨੋਟ ਮੀਨ ਯਾਰ ਦੈਟ ਯੂ ਆਰ ਆਲਵੇਜ਼ ਰਾਈਟ ਐਂਡ ਆਈ ਡਿਡ ਨੋਟ ਰਿਪਲਾਈ ਟੂ ਹਰ ਗਰੇਸਫੁਲੀ ਆਈ ਐਕਸੈਪਟਿਡ ਐਂਡ ਮੈਨੀ ਟਾਈਮਸ ਆਈ ਟੋਲਡ ਹਰ ਕਿ ਤੁਸੀਂ ਜੇ ਇਹ ਵਾਲਾ ਕੰਮ ਇੰਜ ਕਰ ਲਵੋ ਪਰ ਮੈਨੂੰ ਪਤਾ ਨਹੀਂ ਹੈ ਕਿ ਮੈਂ ਰਾਈਟ ਹਾਂ ਕਿ ਨਹੀਂ ਸੋ ਜੋ ਭੁਲੇਖਾ ਪੈ ਜਾਂਦਾ ਨਾ ਆਈ ਐਮ ਆਲਵੇਜ਼ ਰਾਈਟ ਤਾਂ ਸਾਡੀ ਲਿਸਨਿੰਗ ਕਲੋਜ਼ ਹੋ ਜਾਂਦੀ ਮੈਂ ਜਿਹੜੀ ਗਲਤੀ ਕਰਾਂ ਉਹਨੂੰ ਤਾਂ ਮੈਂ ਕਰਦਾ ਹਾਂ ਜਸਟੀਫਾਈ ਦੂਜੀ ਪਾਰਟੀ ਜਦੋਂ ਗਲਤੀ ਕਰੇ ਤਾਂ ਮੈਂ ਬਖਸ਼ਦਾ ਨਹੀਂ ਹਾਂ ਹੈ ਨਾ ਫੋਰ ਐਗਜ਼ਾਮਪਲ ਮੈਂ ਘਰ 4 ਘੰਟੇ ਲੇਟ ਆਵਾਂ ਤਾਂ ਮੈਂ ਜਸਟੀਫਾਈ ਕਰਦਾ ਹਾਂ
ਇਹ ਰੀਜ਼ਨ ਹੋ ਗਿਆ ਸੀ, ਇਹ ਰੀਜ਼ਨ ਹੋ ਗਿਆ ਸੀ, ਟ੍ਰੈਫਿਕ ਜੈਮ ਸੀ, ਫਲਾਣੀ ਜਗ੍ਹਾ ਕੰਮ ਪੈ ਗਿਆ ਸੀ, ਕੋਈ ਮਿਲ ਗਿਆ ਸੀ, ਕੰਮ ਕਰਨਾ ਸੀ। ਆਪਣੀ ਗੱਲ ਤਾਂ ਮੈਂ ਜਸਟੀਫਾਈ ਕਰਦਾ ਕਿ 4 ਘੰਟੇ ਮੈਂ ਕਿਉਂ ਲੇਟ ਆਇਆ। ਮੀਨਸ ਡੋਂਟ ਐਕਿਊਜ਼ ਮੀ ਐਨੀ ਮੋਰ, ਮੈਨੂੰ ਹੋਰ ਗੁੱਸਾ ਕਰਨ ਦੀ ਲੋੜ ਨਹੀਂ ਹੈ। ਲੇਕਿਨ ਜਦੋਂ ਦੂਜੀ ਪਾਰਟੀ 4 ਘੰਟੇ ਲੇਟ ਆਏ ਤਾਂ ਮੈਂ ਉਹਨਾਂ ਦੀ ਵਾਟ ਲਗਾ ਦਿੰਦਾ, ਤਾਂ ਉਹਨਾਂ ਦੀ ਜਸਟੀਫਿਕੇਸ਼ਨ ਮੈਂ ਸੁਣਦਾ ਹੀ ਨਹੀਂ। ਵਾਟ ਇਜ਼ ਦਿਸ? ਆਈ ਐਮ ਨੋਟ ਨਿਊਟਰਲ, ਰਾਦਰ ਮੈਨੂੰ ਇਹ ਭੁਲੇਖ ਹੈ ਮੇਰੀ ਜਸਟੀਫਿਕੇਸ਼ਨ ਵੇਲੇ ਮੈਂ ਰਾਈਟ ਹੁੰਦਾ, ਲੇਕਿਨ ਤੁਸੀਂ ਹੁਣ 4 ਘੰਟੇ ਲੇਟ ਹੋਏ ਹੋ ਤਾਂ ਵੀ ਮੈਂ ਹੀ ਰਾਈਟ ਹਾਂ। ਇਜ਼ ਇਟ ਇਟ? ਸੋ ਹੂ ਟੋਲਡ ਅਸ ਕਿ ਅਸੀਂ ਦੂਜਿਆਂ ਨੂੰ ਸਿੱਧੇ ਰਾਹ ਪਾਉਣਾ? ਮੈਂ ਸਿੱਧੇ ਰਾਹ ਪੈਣਾ ਹੈ। ਵੰਸ ਆਈ ਸ਼ੇਅਰਡ ਦਿਸ ਐਗਜ਼ਾਮਪਲ, ਮਾਈ ਨਾਨੀ ਜੀ ਟੋਲਡ ਮੀ ਕੰਟੈਂਟਮੈਂਟ ਅਰਨ ਕਿਵੇਂ ਕਰੀਦਾ। ਆਈ ਸੈਡ ਅੱਛਾ ਮਾਤਾ ਜੀ ਕਿਸ ਤਰ੍ਹਾਂ ਕਰੀਦਾ? ਕਹਿੰਦੇ ਫਰਜ਼ ਕਰੋ ਤੁਸੀਂ ਕਿੱਥੋਂ ਪੈਦਲ ਆ ਰਹੇ ਹੋ, ਭੁੱਖ ਲੱਗੀ ਹੈ, ਕਾਰ 'ਤੇ ਆ ਰਹੇ ਹੋ, ਭੁੱਖ ਲੱਗੀ ਹੈ, ਖਾਣ ਦਾ ਤੁਹਾਡਾ ਮੀਲਸ ਦਾ ਟਾਈਮ ਲੰਚ ਟਾਈਮ 1:00 ਹੈ, ਤੁਸੀਂ ਘਰ ਪਹੁੰਚੇ 3 ਵਜੇ, ਬਹੁਤ ਜ਼ਬਰਦਸਤ ਭੁੱਖ ਲੱਗੀ ਹੋਈ ਹੈ, ਐਂਡ ਖਾਣਾ ਇਜ਼ ਰੈਡੀ ਨਾਓ, ਖਾਣਾ ਕੇਮ ਹੀਅਰ, ਡੋਂਟ ਜੰਪ ਔਨ ਇਟ, ਜਸਟ ਲੁੱਕ ਐਟ ਇਟ ਐਂਡ ਟਰਾਈ ਟੂ ਵੇਟ। You will build up the stamina of contentment. Second, she said, how to conquer your anger? Main kya kis tarah mata ji, she was totally unpad, assi bachiyan nu zabardasti maar ke padhana chahunde ha, she was unpad, I think she was not unpad. She said, eh jehda eh kach da glass hai na, is ghar de 6 members ne sare ide ch pani peende ne, ਮੇਡ ਕੋਲੋਂ ਟੁੱਟ ਗਿਆ। ਮੈਂ ਸੋਚਿਆ 6 ਬੰਦੇ ਪਾਣੀ ਪੀਂਦੇ ਨੇ, ਮੈਂ ਇਕੱਲੀ ਮੇਡ ਨੂੰ ਗੁੱਸਾ ਕਿਉਂ ਕਰਾਂ? ਬਟ ਦਿਸ ਗਲਾਸ ਇਜ਼ ਸਪੋਜ਼ ਟੂ ਬੀ ਬ੍ਰੋਕਨ ਐਨੀ ਡੇ, ਇਹ ਤੇਰੇ ਕੋਲੋਂ ਵੀ ਟੁੱਟ ਸਕਦਾ ਸੀ, ਮੇਰੇ ਕੋਲੋਂ ਵੀ ਟੁੱਟ ਸਕਦਾ ਸੀ। ਦ ਕ੍ਰੋਧ ਇਜ਼ ਗੋਨ। ਅਸੀਂ ਕਹਿੰਦੇ ਨਹੀਂ ਉਸ ਕੋਲ ਲੈਸਨ ਸਿਖਾਉਣਾ ਹੈ, ਐਸੇ ਤਾਂ ਇਹ ਨੌਕਰਾਨੀ ਆਏ ਦਿਨ ਕਰਵਾਸ ਵੀ ਤੋੜਦੀ ਰਹੇਗੀ, ਕਰੋਕਰੀ ਤੋੜਦੀ ਰਹੇਗੀ, ਇੰਨੀ ਮਹਿੰਗੀ ਮਿਲਦੀ ਹੈ। ਉਹ ਨਹੀਂ ਜੀ ਨਹੀਂ, ਇਹ ਇਹਨਾਂ ਨੌਕਰਾਂ ਨੂੰ ਸਿਰ 'ਤੇ ਨਹੀਂ ਚੜਾਉਣਾ ਹੁੰਦਾ, ਇਹਨਾਂ ਨੂੰ ਵਕਤ ਸਿਰ ਲੈਸਨ ਦੇਣਾ ਹੁੰਦਾ। ਓਕੇ, ਚੋਇਸ ਇਜ਼ ਯੋਰਸ। ਦੋ ਲੈਸਨ ਪੜ੍ਹਾਓ ਨੌਕਰੋਂ ਕੋ, ਔਰ ਕਰੋਕਰੀ ਬਚਾਓ। ਜਬ ਤੁਮ ਮਰੋਗੇ ਹਮ ਤੁਹਾਰੇ ਗ੍ਰੇਵ ਮੇ ਰੱਖ ਦੇਂਗੇ, ਤੁਮਨੇ ਬਹੁਤ ਵੈਲਿਊਏਬਲ ਕੰਮ ਕੀਆ, ਕਰੋਕਰੀ ਬਚਾਈ। ਬਟ ਹੈਪੀਨੈਸ ਗਵਾਈ। ਸੀ ਦੀਸ ਆਰ ਦਾ ਟੈਕਨੀਕਸ ਵਨ ਵਾਂਟਸ ਟੂ ਅਪਲਾਈ, ਅਪਲਾਈ। ਯੂ ਵਾਂਟ, ਦਿਸ ਇਜ਼ ਯੋਰ ਚੋਇਸ, ਯੂ ਵਾਂਟ ਅਨਹੈਪੀਨੈਸ ਔਰ ਹੈਪੀਨੈਸ, ਵਟ ਐਵਰ ਯੂ ਵਾਂਟ। ਮੇਕ ਸੈਂਸ? ਜ਼ਿਆਦਾ ਮੁਸ਼ਕਿਲ ਨਾ ਪੁੱਛਣਾ। ਜਦੋਂ ਆਪਾਂ ਇੰਟਰਸਪੈਕਸ਼ਨ ਵੀ ਕਰਦੇ ਹਾਂ ਆਪਣੀ, ਜੇ ਸਪੋਜ਼ ਕੋਈ ਮੈਂ ਐਕਸ਼ਨ ਕੀਤਾ, ਮੈਂ ਉਸਦੇ ਬਾਰੇ ਮੈਂ ਸਵੈ ਪੜਚੋਲ ਕਰਦਾ, ਗੁਰਬਾਣੀ ਆਪਾਂ ਨੂੰ ਕੀ ਯਾਰਡਸਟਿਕ ਦੱਸਦੀ ਹੈ ਕਿ ਇਹ ਮੇਰਾ ਐਕਸ਼ਨ ਰਾਈਟ ਹੈ ਜਾਂ ਰੋਂਗ ਹੈ? ਹਾਉ ਵਿਲ ਆਈ ਜਸਟੀਫਾਈ ਕਿ ਮੇਰਾ, ਜਾਂ ਜਿਵੇਂ ਆਪਣੇ ਆਪ ਨੂੰ ਇੰਟਰਸਪੈਕਟ ਕਰਦਾ ਆਪਣਾ ਕੋਈ ਪਰਟੀਕੁਲਰ ਸਟੈਪ, ਅਤੇ ਐਗਜ਼ਾਮਪਲ ਦਿਓ ਨਾ। ਚਲੋ ਬੱਚੇ ਵਾਲੀ ਐਗਜ਼ਾਮਪਲ ਲੈ ਲਓ, ਤੁਸੀਂ ਅੱਜ ਟੋਪਿਕ ਛੇੜਿਆ, ਅਤੇ ਬੱਚਾ ਅੱਗ ਦੇ ਕੋਲ ਜਾਣਾ ਚਾਹ ਰਿਹਾ। ਐਜ਼ ਅ ਪੇਰੈਂਟ ਮੈਂ ਉਹਨੂੰ ਇੱਕ ਵਾਰੀ ਪਿਆਰ ਨਾਲ ਰੋਕਦਾ, 2 ਵਾਰੀ ਰੋਕਦਾ, ਉਹ ਮੇਰਾ ਹੱਥ ਛੁਡਾ ਕੇ ਜਾਣਾ ਚਾਹ ਰਿਹਾ। ਹੁਣ ਮੈਨੂੰ ਗੁੱਸਾ ਕਰਨਾ ਬਣਦਾ ਹੈ ਜਾਂ ਨਹੀਂ? ਮੈਂ ਉਹਨੂੰ ਪਿਆਰ ਨਾਲ ਗੋਦੀ ਵੀ ਚੁੱਕ ਸਕਦਾ, ਉਹਨੂੰ ਟ੍ਰਿਗਰ ਕਰ ਸਕਦਾ। ਮੈਨੀ ਵੇਜ਼ ਆਈ ਹੈਵ ਟੂ ਫਾਈਂਡ ਆਊਟ। ਗੋਡ ਇਜ਼ ਕ੍ਰੀਏਟਰ ਨਾ, ਕਰਤਾ ਪੁਰਖ ਨਾ, ਆਈ ਹੈਵ ਟੂ ਕ੍ਰੀਏਟ ਮਾਈ ਕਰਤਾ ਪੁਰਖ। ਮੈਂ ਇਹਨੂੰ ਕਿਸ ਤਰ੍ਹਾਂ ਫਿਊਚਰ ਵਿੱਚ ਕਰਾਂ? ਤੁਸੀਂ ਸੜਕ 'ਤੇ ਜਾਂਦਾ ਬੱਚਾ ਹੈ ਨਾ, ਕਾਰ ਆ ਜਾਏਗੀ, ਤੁਸੀਂ ਉਹਨੂੰ ਓਏ ਪਾਗਲ ਇਧਰ ਦੇਖ ਰਹੇ ਕਾਰ ਆ ਗਈ, ਐਸਾ ਬੋਲ ਸਕਦੇ ਹੋ? ਸੈਕਿੰਡ, ਤੁਸੀਂ ਉਹਨੂੰ ਧੱਕਾ ਦੇ ਸਕਦੇ ਹੋ। ਥਰਡ, ਤੁਸੀਂ ਕਿਸੇ ਦਾ ਵੀ ਬੱਚਾ ਬੜੇ ਪਿਆਰ ਨਾਲ ਫਰਾਜਾਈਲ ਵਾਂਗੂ ਉਹਨੂੰ ਚੁੱਕ ਕੇ ਸੜਕ ਤੋਂ ਸਾਈਡ 'ਤੇ ਵੀ ਕਰ ਸਕਦੇ ਹੋ, ਔਰ ਚੁੱਕਣ ਵੇਲੇ ਉਹਨੂੰ ਗਾਲਾਂ ਕੱਢਣ ਦੀ ਬਜਾਏ ਪਾਗਲ ਸਾ ਰੋਜ਼ ਸਮਝਾਤਾ ਰੋਜ਼ ਆ ਜਾਂਦਾ,
ਇਹ ਕਹਿਣ ਦੀ ਬਜਾਏ ਕੁਕੇਂਦਿਆਂ ਚਾਂਗੇਂਦਿਆਂ ਚਾਂਗੇਂਦਿਆਂ ਕਾਇੰਡ ਹਾਰਟ ਹੈ ਨਾ ਔਰ ਗੈਸ ਹਾਏ ਕਿਸਕਾ ਬੱਚਾ ਹੈ ਵਹਾਂ ਐਸੇ ਡੈਥ ਹੋ ਜਾਂਦੀ ਹੈ ਐਕਸੀਡੈਂਟ ਹੋ ਜਾਂਦਾ ਤੁਸੀਂ ਉਹ ਪਿਆਰ ਵੀ ਕਰ ਸਕਦੇ ਹੋ ਹੈ ਨਾ ਇਟ ਇਜ਼ ਸਪੋਂਟੇਨੀਅਸ ਬਟ ਵੀ ਹੈਵ ਟੂ ਅਰਨ ਕਿ ਉਸ ਵੇਲੇ ਮੈਂ ਕੀ ਆਪਣੀ ਹੈਬਿਟ ਨੂੰ ਯੂਜ਼ ਕਰਾਂ ਮੇਰੇ ਲੈਕਚਰ ਨਾਲ ਨਹੀਂ ਹੋਏਗਾ ਹੋ ਸਕਦਾ ਮੈਂ ਵੀ ਕਿਸੇ ਜਗ੍ਹਾ ਮਿਸਬਿਹੇਵ ਕਰ ਜਾਂਦਾ ਹਾਂ ਹੈ ਨਾ ਇਹ ਪ੍ਰੈਕਟਿਸ ਕਰ ਕਰਕੇ ਨਾ ਉਸ ਵੇਲੇ ਸਾਡੇ ਕੋਲ ਉਸ ਵੇਲੇ ਬਿਹੇਵੀਅਰ ਹੀ ਆਉਣ ਜਾਂਦਾ ਜੈਸਾ ਅਸੀਂ ਅਰਨ ਕੀਤਾ ਹੁੰਦਾ ਨੈਕਸਟ ਡਾਕਟਰ ਜੈਦੀਪ ਸਿੰਘ ਜੀ ਹਾਂਜੀ ਮੈਂ ਐਕਚੁਲੀ ਆਉਣਾ ਨਹੀਂ ਚਾਹੁੰਦਾ ਸੀ ਬਟ ਆਈ ਸਟਰੋਂਗਲੀ ਬਿਲੀਵ ਇਨ ਦ ਟੋਪਿਕ ਸ਼ੀ ਸਟਾਰਟਡ ਆਫ ਨੈਰੇਟਰ ਵਿਦ ਦਿਸ ਹਾਰਮਨੀ ਕਿਉਂਕਿ ਬਹੁਤ ਐਸੇ ਪੇਸ਼ੈਂਟ ਨੇ ਜਿਹੜੇ ਮੇਰੇ ਨਾਲ ਆਪਣੀ ਇਹ ਡਿਸਕਸ ਕਰਦੇ ਹਨ ਦਿਖਾਉਣ ਦੇ ਬਾਅਦ ਵਾਟ ਆਈ ਰੀਅਲੀ ਫੀਲ ਇਜ਼ ਦੈਟ ਜਿਹਦਾ ਐਕਚੁਲੀ ਵਿਆਹ ਹੁੰਦਾ ਬੱਚੇ ਦਾ ਅਤੇ ਬੱਚੀ ਦਾ ਉਹਨਾਂ ਨੂੰ ਵਿਆਹ ਤੋਂ ਪਹਿਲਾਂ ਲਾਵਾਂ ਦੇ ਬਾਰੇ ਤੇ ਮੀਨਿੰਗ ਪਤਾ ਹੋਣੇ ਚਾਹੀਦੇ ਦੇਅਰ ਵਾਸ ਫਸਟ ਇੰਟਰੈਕਸ਼ਨ ਵਿਦ ਦੈਮ ਇਜ਼ ਔਨ ਦੀ ਡੇ ਆਫ ਮੈਰਿਜ ਵੈਨ ਦੇ ਡੋਂਟ ਲਿਸਨ ਕਿ ਉਹਦੇ ਮੀਨਿੰਗ ਕੀ ਦੱਸੇ ਜਾ ਰਹੇ ਹੋ ਕੀਰਤਨ ਕੀ ਹੋ ਰਿਹਾ ਐਵਰੀਬਡੀਜ਼ ਮਾਇੰਡ ਇਜ਼ 20 ਮਿੰਟਸ ਹੋਣੇ ਖਤਮ ਹੋ ਜਾਏਗਾ ਅਤੇ ਵਧਾਈ ਦੇਵਾਂ ਸੋ ਵਟ ਹੈਪਨਸ ਦੇ ਆਰ ਨੈਵਰ ਟੋਲਡ ਦੀ ਕ੍ਰਾਈਟੀਰੀਆ ਟੂ ਚੂਜ਼ ਯੋਰ ਪਾਰਟਨਰ ਹਾਊ ਵਿਲ ਦੇ ਚੂਜ਼ ਇਟ ਯੈਸ ਐਪਲੀ ਸੈਡ So what my question is that who will take this responsibility because the parent themselves was not given this choice. They themselves had were not knowing about the lawa before the lawa. So they didn't have a criteria. They didn't give the criteria. Eh das deta mother das dindi hai kudi nu ke utthe ja ke tu is tarah karna. I'm not saying bad things. I'm saying ki good things sikhandi utthe ja ke tu ohdi seva karni hai karni. But the question is because why I feel is that jede tada lawa da third ya second ya third step hai jithe third step jithe unna ne ko thought leni hai for example bachcha hostel ch hai koi question puchda hai oda answer utro de denda unnu eh nahi pata laga ke letter likhya kinne maa ne ke pyo ne it should be that jis tarah hunda na aa eh gal te meri maa hi kar sakdi ਜਾਂ ਇਹ ਗੱਲ ਤਾਂ ਮੇਰਾ ਪਿਓ ਹੀ ਕਰ ਸਕਦਾ ਪੱਕਾ ਡੈਡੀ ਨੇ ਲਿਖਿਆ ਹੋਗਾ ਇਹੋ ਜਿਹਾ ਹੋਣਾ ਚਾਹੀਦਾ ਕਿ ਪਤਾ ਨਹੀਂ ਲੱਗਣਾ ਚਾਹੀਦਾ ਦੋਨਾਂ 'ਚੋਂ ਕਿੰਨੇ ਲਿਖੇ ਹਾਏ ਹਾਏ ਹੂ ਵਿਲ ਟੀਚ ਦਿਸ ਦਿਸ ਇਜ਼ ਮਾਈ ਕੁਐਸਚਨ ਹੂ ਵਿਲ ਡੂ ਦਿਸ ਬਿਕੋਜ਼ ਦਿਸ ਇਜ਼ ਐਕਚੁਅਲੀ ਦਾ ਰੀਜ਼ਨ ਕਿ ਬੱਚੇ ਨੂੰ ਕੁਛ ਨਹੀਂ ਪਤਾ ਵੈਨ ਦੇ ਰੀਚ ਦੈਟ ਸਟੇਜ ਉਹ ਗੱਲ ਨਿਕਲ ਸੈਕਿੰਡ ਪਾਰਟ ਨਿਕਲ ਗਿਆ ਲਾਵਾਂ ਦਾ ਡਿਸਰਿਸਪੈਕਟ ਇੱਕ ਦੂਜੇ ਲਈ ਹੋ ਗਈ ਸੋ ਮਾਈ ਮੀਨਸ ਵਟ ਇਜ਼ ਯੋਰ ਸੋਲੂਸ਼ਨ ਟੂ ਦਿਸ ਹੂ ਵਿਲ ਟੇਕ ਦਿਸ ਸਟੈਪ ਡਾਕਟਰ ਜੈਦੀਪ ਜੀ ਮੈਨੂੰ ਇੰਝ ਲੱਗਦਾ ਕਿ ਮੈਰਿਜ ਤੋਂ ਕਮ ਅਜ਼ ਕਮ 15-20 ਸਾਲ ਪਹਿਲਾਂ ਇਸ ਬਾਰੇ ਸਟੱਡੀ ਹੋਣੀ ਸ਼ੁਰੂ ਹੋਣੀ ਚਾਹੀਦੀ ਹੈ ਅਸੀਂ ਬੱਚੇ ਨੂੰ ਇਸ ਤਰ੍ਹਾਂ ਪੜ੍ਹਾਉਂਦੇ ਹਾਂ ਕਿ ਵੱਡਾ ਹੋ ਕੇ ਡਾਕਟਰ ਬਣੇ ਇੰਜੀਨੀਅਰ ਬਣੇ ਉਹ ਵੀ ਆਫਟਰ 6th or 8th ਗ੍ਰੇਡ ਤੋਂ ਬਾਅਦ ਹੈ ਨਾ ਲੇਕਿਨ ਰਾਈਟ ਫਰੋਮ ਬਿਗਨਿੰਗ ਹੀ ਇਹ ਹੋ ਜਾਣਾ ਚਾਹੀਦਾ ਕਿ ਇਸ ਬੰਦੇ ਅੰਦਰ ਅਸੀਂ ਬੱਚੇ ਦੇ ਅੰਦਰ ਗੋਡਲੀ ਕੁਆਲਿਟੀਜ਼ ਪਾਈਏ ਔਰ ਉਹਨਾਂ ਦਾ ਸਪਾਊਸ ਲੱਭਣ ਵੇਲੇ ਵੈਸਾ ਥਾਟ ਪ੍ਰੋਸੈਸ ਬਣ ਚੁੱਕਾ ਹੋਵੇ ਹੈ ਨਾ ਤਾਂ ਹੀ ਅਸੀਂ ਦਿਲ ਨੂੰ ਦਿਲਾਂ ਦੀ ਰਾਹ ਜਿਹੜੀ ਦਿਲ ਸੇ ਦਿਲੋਂ ਕੀ ਰਾਹੀਂ ਹਿੰਦੀ ਹੈ ਔਰ ਇੰਗਲਿਸ਼ ਵਿੱਚ ਵੀ ਬਣ ਰਹੀ ਹੈ ਉਹਦੇ 'ਚ ਸਾਂਝ ਕੀ ਤੋ ਵਟ ਇਜ਼ ਦਾ ਕ੍ਰਾਈਟੇਰੀਆ ਸੋ ਹੁਣ ਸਾਡਾ ਸਮਾਜ ਕਰਪਟ ਹੋ ਚੁੱਕਾ ਹੈ ਨਾ ਇਸ ਕਰਕੇ ਅਸੀਂ ਲਿਵਿੰਗ ਟ੍ਰੈਜਰ ਵਿੱਚ ਇਹ ਕੰਮ ਸ਼ੁਰੂ ਕੀਤਾ ਹੈ ਕਿ ਅਸੀਂ ਕੰਪੈਟੀਬਲ ਮੈਚ ਮਿਲਾਉਂਦੇ ਹਾਂ ਸੈਕਿੰਡ ਜਿਨ੍ਹਾਂ ਨੂੰ ਇੰਟਰੋਡਿਊਸ ਕਰਾਉਂਦੇ ਹਾਂ ਵਰਲਡ ਵਾਈਡ ਉਹਨਾਂ ਨੂੰ ਕਹਿੰਦੇ ਹਾਂ ਤੁਸੀਂ ਉਹਨੇ ਅਰਦਾਸ ਨਹੀਂ ਕਰਨੀ ਕਿਉਂਕਿ ਅਰਦਾਸ ਤੋਂ ਬਾਅਦ ਇਮੋਸ਼ਨਲ ਬਲੈਕਮੇਲ ਸ਼ੁਰੂ ਹੋ ਜਾਏਗੀ ਦੋਵਾਂ ਦੇ ਨੁਕਸ ਲੱਭਣਗੇ ਔਰ ਲੱਭਣ ਤੋਂ ਕਹਿੰਦੇ ਹੁਣ ਕੀ ਕਰੀਏ ਅਰਦਾਸ ਕਰ ਬੈਠੇ ਹਾਂ ਅਰਦਾਸ ਲਾਵਾਂ ਤਾਂ ਇੱਕ ਦਿਨ ਪਹਿਲਾਂ ਵੀ ਕੀਤੀ ਜਾ ਸਕਦੀ ਰਾਈਟ ਸੋ ਅਰਦਾਸ ਦਾ ਇਮੋਸ਼ਨਲ ਪੱਖ
यूज़ नहीं करना, रादर अरदास इज सरेंडर। एंड सरेंडर जदों असीं दोवां ने एक दूजे नूं दो चार पाँच साल देखिया, उठे बैठे, माँ प्यो मिले, नानके दादके मिले, क्योंकि सिर्फ मुंडे कुड़ी का विआह नहीं होंदा, तीन जनरेशन का विआह होंदा। सिर्फ मुंडे कुड़ी का विआह नहीं होंदा, माँ प्यो भैन भरा धीआं पुत्रां दा ननान दराणी जठाणी सारियां दा विआह होंदा है ना। सारियां नूं हारमनी च किवें रहिंदा है, असीं उहदे विच सारे पॉइंट डिस्कस कीते ने। और डिस्कस ये किया कि यह वाले पॉइंट्स जो फुलफिल नहीं होए इस करके डिवोर्स टेक्स प्लेस, इस करके उन्होंने डिपार्ट होंदा, इस करके उन्होंने कारण जेल खाने बन जाते हैं। और सब तो वड्डी गल हो जाती है कुड़ी फस जाती है, क्योंकि कुड़ी वापस पेके घर जाए तो उसे भरा भरजाई बैठे हुए हैं, उन्होंने रहन नहीं देते हैं। मुहल्ले वाले कहते हैं इन्हों की कुड़ी भैड़ी है जी वापस आ गई, साडा समाज भैड़ा जिहड़ा उसनू होर दबांदा है, इस करके मरती क्या ना करती उत्थे ही जेल में सार दी रहती। कई पति अपनी पत्नी दे नैगेटिवस नू फेस करते रहते हैं सोच के कि मेरे बाकी भैन भरा का विआह होना है की करिए, है ना। इस तरीके में मैनी पॉइंट्स होंगे ने, बट असी ये कोशिश कर रहे हैं कि मैरिज पुराने क्राइटेरिया मुताबिक नहीं होनी चाहिए। एट द सेम टाइम लव मैरिज इज़ टोटली रॉन्ग। जिस तरह पुराना क्राइटेरिया अरेंज मैरिज का गलत सी, उसदे चो मैनी पॉइंट्स गलत सी, एंड जी लव मैरिज का क्राइटेरिया भी उस तो भी वर्स्ट है, क्योंकि जो दी लव मैरिज शुरू हुई है तो डिवोर्स ज़्यादा होने शुरू हो गए। सो सानू दोनों दे प्लस पॉइंट्स लभने पैणगे, और प्लस पॉइंट्स लभ के नवा समाज क्रिएट करना पड़ेगा। ठीक है, थैंक यू। बस थैंक यू वेरी मच। वाहेगुरु जी का खालसा, वाहेगुरु जी की फतेह।